ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਜਸ ਪੰਜਾਬੀ ਦੇ ਸ਼ੋ ਫਾਇਰ ਲਾਈਨ ਦੇ ਵਿੱਚ। ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਪਿਛਲੇ ਦਿਨਾਂ ਤੋਂ ਬਹੁਤ ਕੁਝ ਅਹਿਮ ਜਿਹੜੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ। ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹ ਸੰਭਾਵੀ ਰੂਪ ਦੇ ਵਿੱਚ ਛੇਤੀ ਸਾਹਮਣੇ ਆਉਣ ਵਾਲੀ ਹੈ। ਔਰ ਕੁਛ ਜਿਹੜੇ ਸੂਤਰਾਂ ਦੀ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਦੇ ਵਿੱਚ ਕੁਛ ਸੀਨੀਅਰ ਪੁਲਿਸ ਆਫਿਸਰਾਂ ਦੇ ਉੱਤੇ ਗਾਜ ਜਿਹੜੀ ਹੈ ਉਹ ਡਿੱਗ ਸਕਦੀ ਹੈ, ਕਿਉਂਕਿ ਜਿਸ ਪੱਧਰ ਤੱਕ ਇਸ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਜਾਂਚ ਕੀਤੀ ਹੈ, ਜਿੰਨੀ ਜਗ੍ਹਾ ਦੇ ਉੱਤੇ ਉਹ ਗਏ ਨੇ, ਜਿੰਨੇ ਲੋਕਾਂ ਨੂੰ ਮਿਲੇ ਨੇ, ਉਹਦੇ ਤੋਂ ਇੱਕ ਆਸ ਜਿਹੜੀ ਹੈ ਜੀ ਉਹ ਜ਼ਰੂਰ ਵੱਜਦੀ ਹੈ ਕਿ ਕੁਛ ਨਾ ਕੁਛ ਸਾਹਮਣੇ ਜਿਹੜਾ ਜੀ ਉਹ ਆ ਸਕਦਾ ਹੈ। ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਤਾਂ ਸਾਰਾ ਕੁਛ ਨਹੀਂ ਕਰ ਦੇਣਾ, ਉਹਨਾਂ ਨੇ ਜਿਹੜੀ ਰਿਪੋਰਟ ਹੈ ਉਹ ਸਬਮਿਟ ਕਰਨੀ ਹੈ। ਉਦੋਂ ਬਾਅਦ ਜਿਵੇਂ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਇਹਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਊਗਾ, ਔਰ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਹੜਾ ਸਰਸੇ ਵਾਲਿਆਂ ਦਾ ਵੋਟ ਬੈਂਕ ਅਜੇ ਵੀ ਉਹ ਜਿਉਂਦਾ ਹੈ, ਅਤੇ ਕੋਈ ਪਾਰਟੀ ਜਿਹੜੀ ਸਿੱਧੇ ਰੂਪ ਦੇ ਵਿੱਚ ਸ਼ਾਇਦ ਉਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦੀ। ਉਹ ਸੋਚਦੇ ਆ ਕਿ ਵਿਧਾਨ ਸਭਾ ਦੇ ਵਿੱਚ ਰੱਖ ਕੇ ਸਾਰੀਆਂ ਪਾਰਟੀਆਂ ਇਹਦੇ ਉੱਤੇ ਸਹਿਮਤ ਹੋਣ। ਕੋਈ ਪਾਰਟੀ ਹੋ ਨਹੀਂ ਸਕਦਾ ਕਿ ਇਹਦੀ ਜਿਹੜੀ ਦੀ ਵਿਰੋਧਤਾ ਕਰੇ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨਾ ਲੋਕਾਂ ਨੇ ਕੀਤੀ, ਬਰਗਾੜੀ ਕਾਂਡ ਦੇ ਪਿੱਛੇ ਕਿਹੜੇ ਚਿਹਰੇ ਸਨ ਜਿਹੜੇ ਅੱਜ ਤੱਕ ਅਣਪਛਾਤੇ ਨੇ, ਉਹ ਚਿਹਰੇ ਨੰਗੇ ਹੋ ਸਕਦੇ ਨੇ ਜਾਂ ਨਹੀਂ, ਕਿੰਨਾ ਸਮਾਂ ਜਿਹੜਾ ਜੀ ਉਹ ਲੱਗੂਗਾ, ਇਹ ਅਜੇ ਬਹੁਤਾ ਕੁਛ ਸਮੇਂ ਦੇ ਗਰਭ ਦੇ ਵਿੱਚ ਹੈ। ਪਰ ਇੰਨਾ ਜ਼ਰੂਰ ਹੈ ਕਿ ਕੁਛ ਆਸ ਜਿਹੜੀ ਹੈ ਜੀ ਉਹ ਬੱਝੀ ਹੈ, ਔਰ ਖਾਸ ਤੌਰ ਦੇ ਉੱਤੇ ਬਰਗਾੜੀ ਦੇ ਵਿੱਚ ਪਿਛਲੇ ਕੁਛ ਹਫ਼ਤਿਆਂ ਤੋਂ ਜਿਹੜਾ ਲਗਾਤਾਰ ਕੁਛ ਲੋਕ ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਮੇਨ ਜਿਹੜੀ ਮੰਗ ਉਹ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ। ਬਰਗਾੜੀ ਕਾਂਡ ਦੇ ਪਿੱਛੇ ਕਿਹੜੇ ਲੋਕ ਸਨ, ਉਹ ਜਿਹੜੇ ਚਿਹਰੇ ਲੁਕਵੇਂ ਨੇ ਉਹ ਸਾਹਮਣੇ ਆਉਣੇ ਚਾਹੀਦੇ ਆ। ਔਰ ਸਭ ਨੂੰ ਪਤਾ ਕਿ ਇਹਦਾ ਜਿਹੜਾ ਵਕਤ ਹੈ ਨਾ, ਜਿਹੜੀ ਉਹ ਚੂੰਡੀ ਆ ਉਹ ਕਿਸ ਜਗ੍ਹਾ ਦੇ ਉੱਤੇ ਵੱਢੀ ਗਈ ਆ, ਅਤੇ ਉੱਥੇ ਤਕਲੀਫ ਵੀ ਜਿਹੜੀ ਆ ਉਹ ਹੋਣੀ ਸ਼ੁਰੂ ਹੋਈ ਆ ਪਿਛਲੇ ਕੁਛ ਦਿਨਾਂ ਤੋਂ। ਜਿਹੜੇ ਬਿਆਨਬਾਜ਼ੀ ਤੁਸੀਂ ਸੁਣੀ ਹੋਣੀ ਆ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਸਨ, ਜਿਸ ਟਾਈਪ ਦੇ ਨਾਲ ਉਹ ਬੋਲੇ, ਜਿਵੇਂ ਉਹਨਾਂ ਨੂੰ ਬਰਗਾੜੀ ਦੇ ਵਿੱਚ ਇਹ ਬੈਠੇ ਹੋਏ ਲੋਕ ਜਿਹੜੇ ਉਹ ਚੁਭੇ, ਅਤੇ ਉਹ ਕਿਤੇ ਨਾ ਕਿਤੇ ਜਿਹੜੇ ਨਾ ਉਹ ਪੁਰਾਣੀ ਕਹਾਵਤ ਹੈ ਕਿ ਜਿਹੜਾ ਉਹ ਫੜਨਾ ਸੀ, ਕਹਿੰਦੇ ਵੀ ਜਿਹੜੇ ਰਾਤ ਚੋਰੀ ਕਰਕੇ ਗਿਆ ਉਹਦੇ ਤਾਂ ਤਿਣਕਾ ਜਿਹੜਾ ਜੀ ਉਹ ਲੁਕਿਆ ਹੋਇਆ ਅਤੇ ਉਹ ਸਾਫ਼ ਕਰਨ ਲੱਗ ਗਿਆ ਸੀ, ਉਹੋ ਜਿਹੀ ਕਹਾਣੀ ਜਿਹੜੀ ਹੈ ਜੀ ਕੁਛ ਲੱਗ ਰਹੀ ਹੈ। ਇਸ ਸਭ ਕਾਸੇ ਦੇ ਉੱਤੇ ਕੀ ਕੁਛ ਜਿਹੜਾ ਜੀ ਉਹ ਚੱਲ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀਆਂ ਆਮ ਚੋਣਾਂ ਨੇ ਉਹਦੇ ਵਿੱਚ ਕੀ ਬਣੂਗਾ, ਅਹਿਮ ਮੁੱਦੇ ਜਿਹੜੇ ਇਹ ਛੱਡ ਕੇ ਅਤੇ ਇਹ ਮੁੱਦਾ ਉਲਝਾਉਣ ਦੀ ਕੋਸ਼ਿਸ਼ ਹੈ ਕਿ ਹੈਲਮੈਟ ਜਿਹੜਾ ਜੀ ਉਹ ਸਾਰਿਆਂ ਨੂੰ ਨਹੀਂ ਪਾਉਣਾ ਚਾਹੀਦੀਆਂ ਜਿਹੜੀ ਸਿੱਖ ਬੀਬੀਆਂ ਨੇ, ਇਹ ਉਲਝਾਉਣ ਦੇ ਜਿਹੜੇ ਉਹ ਤਰੀਕੇ ਨੇ, ਹਾਲਾਂਕਿ ਲੋਕਾਂ ਦੀ ਜਿਹੜੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਹਨਾਂ ਮਾਮਲਿਆਂ ਨੂੰ ਛੱਡ ਕੇ ਜਿਹੜੇ ਅਹਿਮ ਨੇ ਉਹਨੂੰ ਛੱਡ ਕੇ ਉਹਨੂੰ ਪਾਸੇ ਕਰਕੇ ਅੱਜ ਜਿਹੜੇ ਜੀ ਇਹੋ ਜਿਹੇ ਇਸ਼ੂਜ਼ ਨੇ ਉਹ ਕੱਢੇ ਜਾ ਰਹੇ ਨੇ। ਇਹ ਸਭ ਕਾਸੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਗੁਰਨਾਮ ਸਿੰਘ ਸਿੱਧੂ ਜੀ, ਅਸੀਂ ਉਹਨਾਂ ਨੂੰ ਫਾਇਰ ਲਾਈਨ ਦੇ ਵਿੱਚ ਸੱਦਾ ਦਿੱਤਾ। ਸਿੱਧੂ ਜੀ ਜੀ ਆਇਆਂ ਨੂੰ ਔਰ ਪ੍ਰੋਗਰਾਮ ਦੇ ਵਿੱਚ, ਹੋਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਇਹਦੇ ਪਹਿਲਾਂ ਕਿ ਆਪਾਂ ਗੱਲਬਾਤ ਜਿਹੜੀ ਹੈ ਜੀ ਇਹ ਸਭ ਕਾਸੇ ਬਰਗਾੜੀ ਦੇ ਬਾਰੇ ਦੇ ਵਿੱਚ ਕਰੀਏ ਜਾਂ ਜਿਹੜੀ ਰਿਪੋਰਟ ਆਉਣ ਵਾਲੀ ਹੈ ਇਹਦੇ ਬਾਰੇ ਦੇ ਵਿੱਚ ਕਰੀਏ, ਮੈਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਦਰਸ਼ਕ ਨੇ ਉਹ ਇਹ ਜ਼ਰੂਰ ਜਾਣ ਲੈਣ ਕਿ ਉਹ ਜਿਹਦੇ ਨਾਲ ਗੱਲ ਕਰ ਰਹੇ ਆ ਉਹਦਾ ਪਿਛੋਕੜ ਕੀ ਹੈ। ਮੈਂ ਥੋੜ੍ਹਾ ਜਿਹਾ ਤੁਹਾਡੇ ਬਾਰੇ ਦੇ ਵਿੱਚ ਜਾਣਨਾ ਚਾਹੁੰਦਾ ਜੀ, ਯੂਨਾਈਟਿਡ ਅਕਾਲੀ ਦਲ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਤੁਹਾਡਾ ਜਿਹੜੀ ਜ਼ਿੰਦਗੀ ਹੈ ਪਿਛਲੀ, ਉਹ ਕਿਵੇਂ ਕਿਹੋ ਜਿਹੇ ਸੰਘਰਸ਼ ਦੇ ਵਿੱਚ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਪੁੱਛਿਆ ਜਾਂਦਾ ਅਤੇ ਕਈ ਮਿੱਤਰ ਬੇਲੀ ਰਿਸ਼ਤੇਦਾਰ ਵੀ ਕਿਵੇਂ, ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਦੂਜਿਆਂ ਨੂੰ, ਮੈਂ ਕਿਹਾ ਵੀ ਰੋੜੀ ਤੋਂ ਉੱਠ ਕੇ ਆਇਆ, ਰੋੜੀ ਤੋਂ ਉੱਠ ਕੇ ਅਤੇ ਮਹਾਰਾਜ ਨੇ ਇੱਥੇ ਬਿਠਾ ਤੇ ਪਿੰਡਾਂ ਦੇ, ਜਿਵੇਂ ਰਿਮੋਟ ਮੁਕਤਸਰ ਤੋਂ ਚੱਕ ਦੂਹੇ ਵਾਲਾ ਪਿੰਡ ਸਾਡਾ, 10ਵੀਂ ਪਾਸ ਕੀਤੀ ਅਤੇ 62 'ਚ ਨਹਿਰੂ ਵੱਲੋਂ ਅਪੀਲ ਆਈ ਸੀ ਕਿ ਨੌਜਵਾਨਾਂ ਦੀ ਲੋੜ ਹੈ, ਸਾਨੂੰ ਸਿੱਧਾ ਆਸਾਮ 'ਚ ਭੇਜਿਆ ਜਿੱਥੇ ਬਾਮਡਿੰਗ ਅਤੇ ਲਾਮਡਿੰਗ ਹੈ, ਉਹ ਤੋਂ ਅੱਗੇ ਫਾਇਰਿੰਗ ਰੇਂਜ ਆਰਮੀ ਦਾ 1962 ਦੀ ਗੱਲ, 1962 ਦੀ, ਉੱਥੋਂ ਸਿਰਫ 8 ਕਿਲੋਮੀਟਰ 'ਤੇ ਪਿੱਛੇ ਸਾਂ ਸੀ, ਅਤੇ ਜਿੱਥੇ ਅਨਾਊਂਸ ਕੀਤਾ ਗਿਆ ਸੀ ਕਿ ਚਾਈਨਾ ਕੱਲ੍ਹ ਨੂੰ ਆਉਣ ਵਾਲਾ, ਅਸੀਂ ਬੇਸ਼ੱਕ ਰਿਕਰੂਟ ਸਾਂ ਪਰ ਉੱਥੇ ਇੰਨਾ ਕੰਮ ਕਰਨਾ ਪਿਆ, ਗੌਰਮੈਂਟ ਦਾ ਬਿਲਕੁਲ 605 ਸੀ, ਹਥਿਆਰ ਹੈ ਨਹੀਂ ਸੀ, ਪਿੱਛੇ ਆਰਮੀ ਚੜ੍ਹ ਕੇ ਆ ਰਹੀ, ਜਿਵੇਂ ਆਹ ਨਹੀਂ ਆਉਂਦੀ ਖੇਤਾਂ ਨੂੰ ਖਾ ਜਾਂਦੀ, ਇਸ ਤਰ੍ਹਾਂ ਆ ਰਹੀ ਸੀ। ਜਿਹੜੀਆਂ ਉੱਥੇ 4 ਸਿੱਖ ਸੀ, 16 ਸਿੱਖ ਸੀ, ਬੈਂਟਾਂ ਨਾਲ ਲੜਦੇ ਲੜਦੇ ਉਹਨਾਂ ਨੇ ਬੈਂਟ ਖੋਲੇ ਆ ਕੇ, ਮਰਦੇ 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 ਉਹ ਹਨੇਰੇ ਨੂੰ ਚੜ੍ਹੇ ਆਏ ਅਤੇ ਬਹੁਤ ਕੁਛ ਵੇਖਿਆ ਉੱਥੇ। ਉਸ ਤੋਂ ਬਾਅਦ 10 ਸਾਲ ਆਰਮੀ ਸਰਵਿਸ ਕੀਤੀ, ਫਿਰ ਗਵਰਨਮੈਂਟ ਆਫ ਇੰਡੀਆ 'ਚ ਹੋਮ ਮਿਨਿਸਟਰੀ ਸਿਲੈਕਸ਼ਨ ਹੋ ਗਈ, ਡਾਇਰੈਕਟੋਰੇਟ ਕੋਆਰਡੀਨੇਸ਼ਨ ਪੁਲਿਸ ਵਾਇਰਲੈਸ ਕਮਿਊਨੀਕੇਸ਼ਨ,
फिर दास ने इत्थे दिल्ली लाए, दिल्ली तो बाद चंडीगढ़। सच ते हमेशा पहरा दिता है, सच चुभदा है। साडा डी जी पी छत्रपति जोशी सी जिहड़ा कि बहुत कट्टड़ सी, ते साबत सूर सिखां दे थोड़ा जिहा उहनूं नफरत सी, उहदे नाल तू तू मैं होई। मैं उहनूं अगों काफ़ी कुछ जुरत की जिहदे करके मेरी उत्थों बदली करती अगरतला वैसट बंगाल की, जिथे कि आलरेडी पहला मैं सारे उधर आसाम टोटली 10 साल आसाम च ही ला के आया। नागियां च, मिजो च, फील्ड च बड़े उत्थे भी मुकाबले होए। मैं फिर उत्थों रिजाइन करता, उस मैं नहीं करनी, गया ही नहीं अगरतले। उस तो बाद इत्थे चंडीगढ़ आके पंजाब सरकार च नौकरी मिल गई। इत्थे लाए 3 साल, इत्थों ही मन फिर आपका कारोबार शुरू किया। सो गुरु ने जो हालात सी, पिछले हालात एडे माड़े सी कि सिक्खी की गल करन वाले नूं, सिक्खी दे पहरावे वाले नूं जे कितें सवेरे बाहर गया शाम नूं ये नहीं सी पता भी ठीक ठाक मुड़ आऊगा। बड़ा कुछ होया इत्थे, सुमेध सैनी SSP सी, उहदे नाल बड़ा पेचा पिया। कहिंदा जी बुद्ध सिंह वाला तेरे चों कढ़ना, कई वारी चक्किया उहने। तुहानूं किहा? मैनूं किहा, क्योंकि मेरा फार्म लेक ते आ, कल्ला बाहर है। इन्हां नूं ऐ लगदा सी वी अतवादियां दा अड्डा है, हालां नाल गुरु घर आ जिथे 24 घंटे पाठ चलदा। पंजाब च कई ऐसे SSP सी जिन्हां दा काम ही जिवें गोबिंद राम सी, पर गुरु ने ऐसी बांह फड़ी सच ते पहरा दिंदिया, ये बहुत कुछ करके हार गए, पर दास दी फतेह हुई हमेशा। सो जदों जाए जिंदगी होई 1978 तो बाद, मैं 1972 छड के आया, 1962 तो लैके 71 च आर्मी तक, फिर इतने होम मिनिस्ट्री गवर्नमेंट ऑफ इंडिया च चंडीगढ़, पंजाब, हरियाणा, हिमाचल, J&K, राजस्थान, 5 स्टेटां लई सी। चंडीगढ़, दिल्ली तो चंडीगढ़ ज्वाइन किया। चंडीगढ़ तो फिर जदों अगरतला नहीं मनिया मैं, फिर इन्हें मेरी राजस्थान च की। राजस्थान चो हमेशा, क्यों बच्चे इतने कल जगह ऐसी बनाई सी, आना जाना वीकली आना मोटरसाइकिल से उतों सीधा। फिर मैं 3 साल बाद जो छत्रपति जोशी ना पाया इतों रिजाइन करता, अपना कारोबार शुरू किया ऑटोमोबाइल का, जो बड़ी गुरु ने कृपा की। 10-9 की किरत करते, इतने जमीन ले ली, खेती आपकी हो गई, पिंड जाना सारा। महाराज ने बच्चे दिते इस राही, बड़े जो नौजवान 10-9 की किरत करने वाले, मेरे 2 बेटे है, 2 बेटियां, एक बेटी बाहर है, एक बेटा बाहर है, 2 इत्थे है। नाम सिंह जी, जिहड़ा इस वेले बरगाड़ी दे विच लोग बैठे ने, जिहड़ा मोर्चा लग्या, इहदी की जरूरत जिहड़ी जी पै गई? ये तो पता है कि जिहड़ियां गुरु ग्रंथ साहिब दीआं जिहड़ियां घटनावां होईआं उहनां दी बेअदबी हुई, थां थां दे उत्ते बेअदबी हुई, चिट्ठियां लिख के चैलेंज करके बेअदबी हुई, और उदू बाद जिवें संगत जिहड़ी सी उह शांतमई तरीके दे नाल बैठी सी रोस प्रगट करन दे वास्ते, उहनां दे उत्ते गोली भी चली। मामला भी यह होया कि यह अणपछाती पुलिस थी जिन्ह ने गोलियां जिहड़ियां जी वो चलातियां, रीज़न तो वह है कि तुसी कदी यह महसूस किया कि पंजाब दे विच यह भी हो सकता सी, जिहड़ी कि मेन तौर दे उत्ते जिहड़ी जिहड़ा खिता है वह डायरैक्टली तौर दे उत्ते कहा जांदा कि सिख भाईचारे का जिहड़ा जी खिता, उहनू अपने बापू दे वास्ते जिहड़ा जी इदां संघर्ष दे वास्ते बहना पवे, कदी सोचिया सी? बहुत बदकिस्मती है, गुरबाणी चाहुंदा कूड़ दे खुट्टे नानका उड़क सच रहे। ये पंथक सरकार जदों दी बनी है, इहने इन्ना नुकसान किया पंथ दा, इन्ना कहण तो बाहर है, जिहड़ा सोचिया भी नहीं जा सकदा। हुण नहीं है जिहड़ी पिछली सी, जिहड़ी पिछली पंथक सरकार, अकाली सरकार जिहनूं कहिंदे आ, जिहनूं प्रकाश सिंह बादल कहिंदे आ, जिहड़ा विखावे दा ते कहणी करनी दा बड़ा वड्डा पंथक है, पर उसने इन्ना सिख कौम ते नुकसान किया। पता नहीं ये पिछले औरंगजेब की रूह किस तरह इहदे च आई है, जो कहनी कथनी तो बाहर आम सुनते बंदा मननों उहदी शकल सूरत देख के भी इन्ना भोला लगता है। श्री गुरु ग्रंथ साहिब वेखो सिखां नूं जान तो भी प्यारा है। अकाली दल दा सरकार होवे ते श्री गुरु ग्रंथ साहिब चक्या जावे ते फिर मुरजम ना फड़े जाण और उह चैलेंज करन भी तुहाडा गुरु साडे कोल आ, थोड़ी ताकत आ, मतलब फिटे लाण तां इहो जिहे मुख्यमंत्री दे ते इहो जिही सरकार दे, जे अकाली दल की सरकार होंदी उह इन्ना चैलेंज करन, फिर नौजवानों का खून जिहड़ा जिन्हां सिक्खी की चमक है, दमक है, जिहड़े सिक्खी पहरावे च आ, उन्हां नूं बिल्कुल बहुत दुख होया इस गल का, जिस करके जिहड़े गुरु नूं मनण वाले गुरु ग्रंथ साहिब के पहरेदार उन्होंने सारा रोस मार्च रखिया सी, जिथे कि नाम जपदियां ते गोली चलाई गई, सिंह शहीद होए, जख्मी भी बहुत होए,
पर इस बेशर्म नूं शर्म नहीं आई, उल्टा उन्हां ते बंदियां ते केस पा के टॉर्चर भी किया गया। जिहड़ा हुण जिहड़ा जी चल रहा है तुहानूं मतलब सारा कुछ हुंदिया होया, अज 3 साल तो उपर हो गया, हजे तक इन्हां ने ना मुरजम फड़िया ना कुछ, कमेटियां बनातियां जाली एवें करके। पर जदों दी हुण रणजीत सिंह कमिशन बनिया, जस्टिस रणजीत सिंह कमिशन, इन्हां ने बड़ी मेहनत की है, बड़ी उम्मीद है, बड़ा इमानदार है, बड़ा समझदार है, सानू बड़ी उम्मीद है भी ये गल बाहर आऊगी। इस नूं लागू करन लई अज 2 महीने होण वाले आ, जिहड़ा धरना रखिया साडे सरबत खालसा जहदार साहब मंड साहब ने, दादू साहब ने, ते अजनाला सारे जहदार, ते जिन्हां खालसा पंथ जिन्हां नूं दर्द है, गुरु दा प्यार है, नौजवान अपने आप निर्मले, अपने आप मुसलमान, अपने आप जिन्हां च इंसानियत है, सारे लोग उत्थे बहुत वड्डा समर्थन कर रहे हैं, जिस करके इन्हां नूं हत्थां पैरां दी पई है पंथक सरकार नूं, जे बादल परिवार नूं, ते इन्हां दे जिहड़े पिछलग ने। इत्थों ही आपां दुबारा सिद्धू साहब शुरू करदे आं, मैं तुहानूं उत्थे ही जिहड़ा जी उह लैके आउणा, क्योंकि कहा जा रहा है कि कांग्रेस दे एजेंट ने जिहड़े उत्थे बैठे ने बरगाड़ी मोर्चे दे उत्ते। एक छोटी जी ब्रेक, गुरनाम सिंह सिद्धू जी साडे नाल फायर लाइन दे विच मौजूद ने, यूनाइटेड अकाली दल दे उह सीनियर मीत प्रधान ने जिहड़ा बरगाड़ी दे विच इस वेले मोर्चा चल रहा, उहदे नाल उह जिहड़ा उह जुड़े होए ने। और असीं गल्लबात जिहड़ी आ जी उह जस्टिस रणजीत सिंह होरां दे कमिशन दीआं कुछ जिहड़ियां चीज़ां बाहर आ रहीआं ने उहदे उत्ते जिहड़ी उह गल करांगे, और ये भी कहांगे कि की इहदे नाल इनसाफ मिलण दी आस जिहड़ी आ जी कोई बजदी आ। एक छोटी जी ब्रेक तो बाद वापस परत रहे। स्वागत है जी एक बार फिर थोड़ा ब्रेक तो बाद। गुरनाम सिंह सिद्धू जी जिहड़े कि यूनाइटेड अकाली दल के सीनियर मीत प्रधान ने, उन्होंने नाल असीं गलबात कर रहे हैं, जो यह सारा कुछ सामने आने की आस जिहड़ी आ जी वह बज रही है, जो जिहड़ा सारा कुछ आ रहा। सिद्धू साहब आप गल कर रहे थे ब्रेक ते जाण तों पहलां, तुसीं गल कीती सी अकाली दल की, जिहड़ा एक्चुअली बयान जिहड़ा आया, चाहे वह पार्लीमेंट दे विच प्रेम सिंह चंदूमाजरा जी ने दिता है, जां जिहड़ा जी एक दो होर के कांग्रेस दे एजेंट ने जिहड़े उत्थे बैठे हुए, ये बुखलाहट क्यों जी? जदों सच उजागर होवे ना तां सच नूं मिर्चां लगदियां, इन्हां नूं हुण जो कीते आ उह सब कुछ पछतावा हो रहा है। चलो फिर भी मैं शोर करदा उह कारू, जे पछतावा होए, पछतावा भी नहीं इन्हां नूं, पछतावा तां नहीं कहा जा सकदा, इन्हां नूं डर है, डर भी है, ईरखा भी है, भी हैं ये किवें बोलदे आ कि असी सरकार, असी इन्ना चिर भुजिया, असी सब कुछ है, ये तो रब तो नूं भी मन के राजी ने, गुरु ग्रंथ साहिब एक रब ही है जिउंदा जागदा, जे उहदे नाल इन्ना कुछ कर सकदे आ ते असी तां गल ही कुछ नहीं इन्हां दे सामने भी ये की चीज़ है, किवें कर रहे आ, ये अपने आप नूं जंगल का शेर समझदे आ। पर मैं कहना वड्डे वड्डे ने इन्हां नूं इतिहास वेखना चाहिए, वड्डे वड्डे नहीं रहे तो ये की चीज़ की है, इन्हों का हाल वेखो, ऐसा हाल होएगा ज जिहड़ा परमेश्वर के घर न रब के घर से जिन्होंने वार किया वो नहीं बच नहीं सकते, इन्ह का ऐसे कुत्ते खाने होगी, जिमें जेडे पिछले मुगल में सिखा से जाति गए तो कबर से लोग उठते रहे, छत्र मारते रहे, ऐ छत्र पैण गए इन्हें सिव्या वेखियो। यह लगता जो आप सबका जस्टिस जो रणजीत सिंह होर कमिशन की कुछ रिपोर्ट के अंश जोड़े आ थोड़े जे बाहर आए हैं, थोड़ू कि उम्मीद है उस रिपोर्ट के पिछों कि बहुत कुछ उजागर हो सकता? रिपोर्ट तो सानू पूर्ण उम्मीद है, क्योंकि बहुत ईमानदार से बड़ा उन्हें सिंसियरिटी नाल सारा तैयार किया लगातार, पर अ सरकार नू बेनती करना चाहुंदे भी इहनू डिले ना करे, बहुत डिले आ जिहड़ा जस्टिस आ वो इन्ना लोगों के फेवर च नहीं, इन्हां दे फेवर च भी नहीं हुंदा, लोग बड़े उत्सुक ने, जिहड़े पंथ दर्दी ने, जिहड़े गुरु नू प्यार करन वाले ने, वो चाहुंदे आ बहुत छेती आवे। जे महाराजा साहब सरकार जिहड़ी पंजाब दी अपने आप नू चाहुंदी आ भी असीं सच लियावांगे तो इन्नी देरी ना करे, अगस्त के पहले हफ्ते या 15 तक पहला पहला हो जाना चाहिए है, ता कि उन्होंने उस चीज़ का क्रैडिट मिले, जो डिले करे वो मेरे ख्याल बहुता कोई चंगी चीज़ नहीं। जो ये बरगाड़ी दे विच बैठे ने जोड़े मतवाजी जथेदार तुसी सारे उन्होंने नाल जो बैठे हो तो ये उदों तक लग्या रहेगा मोर्चा जी? बिल्कुल लग्या रहेगा मोर्चा उन्होंने चर, क्योंकि मंड साहब जो बैठे से उदों ही उन्होंने कहा कि मैं तो इतने बैठा हाँ, जिन्ना चिर नहीं हों उन्होंने चर उ बैठा तो सारे। मैं हैरान हाँ कि गुरु की ऐसी खेड वरती है कि जेडे उत्थे सच नूं पसंद करदे आ, सच ते पहरा दिंदे आ, जां जेडे धर्म दे अनुयाई ने सारे अपने आप जा रहे हैं, मुसलमान की, निर्मले की, नौजवान की, ईसाई की, हर कौम जिथे जिन्हां थोड़ी सच्चाई है वह सारे जा रहे हैं। और किन्ने दुख ना कहना पैंदा कि पंथक अपने आप नूं कहाउण वाले चंदूमाजरे अर्गे वो की बोल रहे आ उत्थे, इन्हां नूं ना गुरु का प्यार है,
ना कौम ना प्यार है, ना सिखां दे कोई इतिहास ना प्यार है, सिर्फ कुर्सी प्यारी है। कुर्सी कुर्सी करके ये देखो की बोल रहे हैं, कहते भी शर्म एक जी गल पिछले दिनों के कुछ थावान उत्ते उभरी सी कि एजेंसियां जड़िया ने वो बड़े नेड़े निगाह रख रही ने कि उत्थे जिहड़े फंड्स आ रहे हैं वो कितों फंड्स जिहड़े जी वो आ रहे हैं किवें चल रहा जी इन्ना जिहड़ा इन्ना कुछ उत्थे जिन्नी संगत जा रही है जो उहदा सारा इंतजाम है कौन इहनूं जिहड़ा जी हैंडल कर रहा कितों पैसे आ रहे ये सिख कौम दे जज्बात है कौम दे पिंडां वाले इकट्ठे हो के साधु संत चंगे जिहड़े गुरु का भै तो भाव मनने वाले आ लंगर ला रहे अपने 24 घंटे लंगर चल रहा जेड़े बाहरों आ रहे हैं वह भी तिल फुल आपका 5-5, 10-10 इकट्ठे करके उत्थे दे रहे हैं भी इत्थे खर्चा है बाहरों मतलब विदेशों तो बाहरों नहीं जेड़े इत्थे पिंडां चों जा रहे लोग वेखो पिछले हफ्ते मैं भी गया सी ते सरदार बूटा सिंह रणसी कलां 1920 अकाली दल च ने वो जथा लैके आए उन्हें अपील की जिन्हें जिन्हें सेवा पाओ एक पंड बन के उन्होंने वेखा 15-20 हज़ार रुपया उन्हें किने 5 किने 10 किन्ना उत्साह लोगों वो पंड बन के दे के आए उत्थे भी आ चको पैसे सो लोग अपने आप दे रहे कहने की लोड़ नहीं पैंदी क्योंकि उत्थे वेदे है सारा सच है सच ते सच दी गल हो रही है उत्थे कोई ऊट पटांग या इधरली गलबात नहीं जिवें झूठ दे पतान करदे आ ना इस तरह की कोई नहीं है ढाडी अपनी वारां ला रहे है इतिहास दस रहे है तो ज अपने सिंह साहब बोल रहे होर कोई उत्थे बोलने लाती ज बंदा आके कोई यह जी गल नहीं है उत्थे तो सचो ही सच है सचो ही सच बिल्कुल तो लोग अपने आप दे रहे हैं इन्हों जलसी है भी ये किमें चल रहा है इन्होंने इस बहाने से यहोजे प्रोग्राम से 1 करोड़ रुपये इकट्ठे करने से लोगों तो जाके जिमें बादल साहब शुरू तो आ दिता है मैं इन्हों के हल्के का मैनू पता जो कुछ सी इन्हों के बादल साहब को 2 बसा सिर्फ जिदा किराया नहीं दिता जाता और टैक्स नहीं दिता जाता सी आड़तियां तो लैना वो इकट्ठा नहीं होना तो अज कित्थे है ये कितों आई कमाई की हलवा आया या की किया सिंह साहब यह कहा जाता है कि यह असल दे विच श्रोमणी गुरुद्वारा प्रबंधक कमेटी ने जिहड़ियां आम चोणां संभावी होणियां ही ने ये उन्हूं लैके एक किस्म की तैयारी है जी ये पूरा टिल आउणगे भी चोणां ना होण पर उपर वाला एक है ना जिहड़ी वड्डी सरकार आ उच्ची जिहड़ा इन्हां दे पाप होना इन्ने हो गए आ कि इन्हां दा दबणा इन्हां दा अपने आप च खत्म होना जरूरी है श्रोमणी गुरुद्वारा प्रबंधक कमेटी ते जे मेरे सामने बैठे पूछा भी किहड़ा चंगा काम किया साडियां कुड़ियां तक तां नशे ते लग गईआं जिहड़ी नवीं पनीरी कित्थों आउणी है नौजवान रोज़ मर रहे हैं रोज़ 5-7 मर रहे हैं तो इन्होंने काम किहड़ा कीता प्रचार किहड़ा कीता सिखी तो गुरु साहब का इतिहास ही इन्ना छाना मता इतिहास है गुरु ग्रंथ साहब गुरबाणी का इन्ना इतिहास है साडा विरसा एडा वड्डा है जिदे करके सिख कौम बची है कोई ना कोई बूटा हरिया जिहड़े संत महापुरश कर रहे हैं इन्हां वल्लों कोई कसर नहीं छड्डी कौम नूं तहश नहश करन लई कोई सामने बैठ के चैलेंज करे मेरे ये इन्ना नुकसान किया कौम का इन्ना नुकसान किया इतिहासक भी राजनीतिक भी सिर्फ इन्होंने कुर्सी प्यारी है कोई कौम ना प्यार नहीं कोई धर्म ना प्यार नहीं कोई ग्रंथ ना प्यार नहीं तो सो तुसी मतलब कि श्रोमणी गुरुद्वारा प्रबंधक कमेटी ने चोणां लड़ोगे बिल्कुल लड़ांगे बिल्कुल इन्हों जीरो करांगे जीरो पर जिन्निया जिहड़ियां पंथक जथेबंदियां कहिंदियां ने एक जिक्र तुसी अकाली दल 1920 दा भी कर दिता तुसी यूनाइटेड अकाली दल दे नाल संबंधित हो मतवाजी जथेदार ने भाई रणजीत सिंह होरां दा धड़ा है एक वो रागी जिहड़े ने साबका वो ने इन्ने धड़ियां दे विच जिहड़े वंडे हुए जिहदा फायदा अकाली दल बादल जिहड़ा हमेशा लैंदा रहा कि तुसी इकट्ठे होवोगे जिवें नाम यूनाइटेड है जिहड़ी अगे गलती होई है पहलां इन्हां तों सारिआं ने वेख लिया कोई आम नाल जुड़े सी कि जिवें केवल सिंह सी जिवें वो वडाला सी दिल्ली इस तरह जिहड़े अगे उन्होंने सारा कुछ वेख लिया भाई रणजीत सिंह भी अगे इस तरह ही सी हुण एक मुठ होणगे जिन्हां नूं गुरु नाल प्यार है जिन्हों धर्म नाल प्यार है सिख धर्म नाल प्यार है या सिखां दा दर्द है जिन्हों दर्द नहीं वो इकट्ठा नहीं होएगा ये बादल के कोशिश करनगे हमेशा भी इन्हों क्यों वंडिया जाए पैसे भी दिते जाण फिर यह है कि वो प्लेटफॉर्म की होगा किहड़ा प्लेटफॉर्म होगा यूनाइट समय नाल सब कुछ अगे आएगा देखो जिस तरह मतवाजी जथेदार ने जिहड़ा हैड कर रहे हैं ਉਹੋ ਹੀ ਚੱਲੇਗਾ ਸਾਰਾ ਕੁਝ ਜੇ ਕੋਈ ਆਪਣੇ ਆਪ ਨੂੰ ਇੱਕ ਧੜੇ ਨਾਲ ਜੋੜੇ ਜਾਂਦੇ ਨਾ ਵੀ ਉਹ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਦੇ ਨਾਲ ਨਹੀਂ ਇੱਕ ਧੜੇ ਨਾਲ ਨਹੀਂ ਜੁੜਗੇ ਜਿਨ੍ਹਾਂ ਨੂੰ ਨਾਨਕ ਨਾਮ ਨਾਲ ਪਿਆਰ ਹੈ ਜਿਨ੍ਹਾਂ ਨੂੰ ਧਰਮ ਦਾ ਪਿਆਰ ਹੈ ਜਿਨ੍ਹਾਂ ਨੂੰ ਪਤਾ ਵੀ ਕੌਮ ਨਾਲ ਇੰਨਾ ਕੁਝ ਹੋ ਗਿਆ ਸਾਡਾ ਇਤਿਹਾਸ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਸਿੱਖ ਨੂੰ ਕੀ ਹੈ ਅੱਗੇ ਨਰਕ ਹੀ ਹੈ ਜਿਨ੍ਹਾਂ ਗੁਰੂ ਨਾਲ ਪਿਆਰ ਆ ਉਹ ਸਾਰੇ ਧੜੇ ਇਕੱਠੇ ਹੋਣਗੇ ਜਿਹੜਾ ਕੋਈ ਨਹੀਂ ਜਿਹਨੂੰ ਗੁਰੂ ਨਾਲ ਪਿਆਰ ਉਹ ਦਫਾ ਹੋਵੇ ਜਾਵੇ ਜਿੱਦਾਂ ਜਾਣਾ ਉਹਦੀ ਅਸੀਂ ਮਿਹਨਤ ਨਹੀਂ ਕਰਾਂਗੇ ਇਹ ਗੁਰੂ ਦੀ ਖੇਡ ਹੈ ਸਿੱਧੂ ਸਾਹਿਬ ਜਿਹੜੀ ਮੁਸ਼ਕਲ ਜਿਹੜੀ ਆਉਂਦੀ ਰਹੀ ਨਾ ਉਹ ਇਹ ਆਉਂਦੀ ਰਹੀ ਆ ਕਿ ਝੰਡੇ 'ਚ ਡੰਡਾ ਮੇਰਾ ਹੋਊਗਾ ਮਤਲਬ ਕਿ ਵੀ ਮੇਰਾ ਪਲੇਟਫਾਰਮ ਤੁਸੀਂ ਯੂਜ਼ ਕਰੋ ਤੁਸੀਂ ਇਹਦੇ ਹੇਠ ਆ ਜਾਓ ਮੈਂ ਜਿੱਥੋਂ ਕਹਾਣੀ ਵਿਗੜਦੀ ਹੈ ਇੱਕ ਬੇਨਤੀ ਕਰ ਚੁੱਕਿਆ ਮੈਂ ਜਿਨ੍ਹਾਂ ਨੂੰ ਗੁਰੂ ਨੂੰ ਪਿਆਰ ਹੈ ਜਿਨ੍ਹਾਂ ਨੂੰ ਕੌਮ ਨਾਲ ਪਿਆਰ ਹੈ ਜਿਨ੍ਹਾਂ ਨੂੰ ਦਰਦ ਆ ਵੀ ਸਾਡੀ ਕੁੜੀਆਂ ਵੀ ਨਸ਼ੇ 'ਤੇ ਲੱਗੀਆਂ ਪਰ ਉਹ ਜਿਹੜਾ ਪਲੇਟਫਾਰਮ ਹੈ ਕੀ ਉਹ ਨਵਾਂ ਪਲੇਟਫਾਰਮ ਹੋਊਗਾ ਉਹ ਜਿਵੇਂ ਵੀ ਹਾਲਾਤ ਹੋਣਗੇ ਹਾਲਾਤ ਦੇ ਮੁਤਾਬਕ ਹਾਲਾਤ ਇੱਦਾਂ ਜੀ ਸਿੱਧੂ ਸਾਹਿਬ ਮੰਨ ਲਓ ਜੇ ਕੱਲ੍ਹ ਨੂੰ 3 ਮਹੀਨਿਆਂ ਬਾਅਦ ਜਾਂ 2 ਮਹੀਨਿਆਂ ਬਾਅਦ ਚੋਣਾਂ ਦਾ ਐਲਾਨ ਹੋ ਜਾਂਦਾ ਕਿ 2 ਮਹੀਨੇ ਬਾਅਦ ਚੋਣਾਂ ਨੇ
ਤੁਸੀਂ ਅਜੇ ਸਮੇਂ ਦੀ ਉਡੀਕ ਕਰ ਰਹੇ ਹੋ ਕਿ ਇਹ ਸਮੇਂ ਤੋਂ ਪਹਿਲਾਂ ਨਹੀਂ ਰਾਈਟ ਹੋਣਾ ਚਾਹੀਦਾ ਸੀ? ਨਾ ਹੋਣਾ ਚਾਹੀਦਾ ਸੀ। ਮੈਂ ਇੱਥੇ ਰਿੱਟ ਵੀ ਪਾਈ ਹੈ, ਮੈਂ ਇੱਕ ਰਿੱਟ ਪਾਈ ਹੈ ਨਾ, ਛੇ IGPC ਮੈਂਬਰਾਂ ਨੇ ਪਾਤੀ ਰਿੱਟ, ਵੀ ਹਜੇ ਨਹੀਂ ਹੋਣਾ ਚਾਹੀਦਾ, ਕਿਉਂਕਿ ਗੋਲਕ ਦਾ ਜਿਵੇਂ ਉਹ ਚੱਟਣ ਦਾ ਹੁੰਦਾ ਨਾ, ਮੈਂ ਸ਼ਬਦ ਨਹੀਂ ਕਹਿਣਾ ਚਾਹੁੰਦਾ ਇਹਨਾਂ ਨੂੰ ਵੀ ਕਿਵੇਂ ਕਿੰਨਾ ਚਿਰ ਸਾਨੂੰ ਹੋਰ ਆਨੰਦ ਲਿਆ ਜਾਏ। ਇਲੈਕਸ਼ਨ ਤਾਂ ਟਾਈਮ 'ਤੇ ਹੋਣਾ ਚਾਹੀਦਾ ਸੀ, ਪਰ ਇਹ ਜਿੰਨਾ ਚਿਰ ਮੋਦੀ ਸਰਕਾਰ ਆ ਜਾਂ ਇਹਨਾਂ ਦੇ ਸਾਹ ਹੈਗੇ ਥੋੜ੍ਹੇ ਬਹੁਤੇ, ਜਿੰਨਾ ਚਿਰ ਥਾਂ ਥਾਂ ਛਿੱਤਰ ਨਹੀਂ ਪੈਂਦੇ ਇਹਨਾਂ ਦੇ, ਉਹਨਾਂ ਚਿਰ ਇਹ ਡਿਲੇ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਇਹ ਡਿਲੇ ਹੋਣੀ ਨਹੀਂ, ਟਾਈਮ 'ਤੇ ਕਰਾਉਣੀ ਪੈਣੀ ਹੈ, ਕਿਉਂਕਿ ਕੂੜ ਨਖੁੱਟੇ ਨਾਨਕਾ ਬਹੁਤ ਕੁਝ ਘੜਾ ਭਰ ਗਿਆ ਇਹਨਾਂ ਦਾ, ਬੜਾ ਕੁਛ ਇਹਨਾਂ ਨੇ ਨੁਕਸਾਨ ਕਰ ਲਿਆ। ਅਸੀਂ ਕੁਦਰਤ 'ਤੇ ਵਿਸ਼ਵਾਸ ਕਰਦੇ ਹਾਂ, ਪਰਮੇਸ਼ਰ ਵਾਹਿਗੁਰੂ 'ਤੇ ਵਿਸ਼ਵਾਸ ਕਰਦੇ ਹਾਂ, ਇਹ ਜ਼ਰੂਰ ਬਦਲ ਆਏਗਾ। ਕੋਈ ਕੋਸ਼ਿਸ਼ ਹੋਈ ਹੈ ਸਿੱਧੂ ਸਾਹਿਬ, ਭਾਈ ਰਣਜੀਤ ਸਿੰਘ ਹੋਰਾਂ ਨੂੰ ਨਾਲ ਬਿਠਾਇਆ ਜਾਵੇ, ਵਡਾਲਾ ਸਾਹਿਬ ਨੂੰ ਨਾਲ ਬਿਠਾਇਆ ਜਾਵੇ, ਜਾਂ ਜਿਹੜੀ ਕੇਵਲ ਸਿੰਘ ਹੋਰੀ ਨੂੰ ਨਾਲ ਬਿਠਾ ਕੇ ਇਹਦੇ ਉੱਤੇ ਕੋਈ ਚੱਲਿਆ ਤਾਂ ਜਾਵੇ ਵੀ ਇੰਨੀਆਂ ਸੀਟਾਂ ਹੀ ਵੰਡ ਲਓ? ਵੈਸੇ ਤਾਂ ਅੱਗੇ ਵੇਖ ਚੁੱਕੇ ਆ, ਕੇਵਲ ਸਿੰਘ ਵੀ ਦੇਖ ਚੁੱਕਿਆ, ਇਹਨੂੰ ਬੜੀ ਵੱਡੀ ਆਸਾ ਸੀ ਵੀ ਇਸ ਆਮ ਨਾਲ ਰਲ ਕੇ ਅਤੇ ਆਹ ਰਲ ਕੇ ਅਤੇ ਇੰਨਾ ਕੁਛ ਹੋ ਜੂਗਾ। ਵਡਾਲਾ ਵੀ ਦੇਖ ਚੁੱਕਿਆ, ਭਾਈ ਰਣਜੀਤ ਸਿੰਘ ਵੀ ਲੜੇ ਸੀ, ਪਰ ਰਣਜੀਤ ਸਿੰਘ ਨੂੰ ਵੀ ਪੰਥ ਦਾ ਦਰਦ ਹੈ, ਬੜਾ ਉਹ ਪ੍ਰਚਾਰ ਕਰ ਰਹੇ, ਬੜਾ ਥਾਂ ਥਾਂ ਜਾ ਰਹੇ ਹੈ। ਮੈਨੂੰ ਪੂਰਨ ਉਮੀਦ ਹੈ ਕਿ ਜਿਹੜੇ ਸੁਹਿਰਦ ਸਿੱਖ ਹੈ, ਜਿਨ੍ਹਾਂ ਨੇ ਗੁਰੂ ਨਾਲ ਪਿਆਰ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੇਕ ਹੈ, ਉਹ ਜ਼ਰੂਰ ਇਕੱਠੇ ਹੋਣਗੇ, ਜ਼ਰੂਰ ਇਕੱਠੇ ਹੋਣਗੇ। ਅਤੇ ਸੀਟਾਂ ਬਹੁਤ ਨੇ, ਜਿਹਦਾ ਜਿੱਥੋਂ ਚੰਗਾ ਹੈ ਉਹਨੂੰ ਉੱਥੋਂ ਖੜਾ ਕੀਤਾ ਜਾਊਗਾ। ਲੱਗਦਾ ਕਿ ਜਿਹੜਾ ਅੱਗੇ ਲੱਗ ਜੇ ਅਤੇ ਇੱਕ ਦੇ ਉੱਤੇ ਜਿਹਦੇ ਉੱਤੇ ਇਹੀ ਗੁਣਾ ਪੈ ਜਾਵੇ ਵੀ ਠੀਕ ਹੈ ਅਸੀਂ ਇਹਨੂੰ ਲੀਡਰ ਮੰਨਣ ਨੂੰ ਤਿਆਰ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੰਨ ਲੈਣਾ ਚਾਹੀਦਾ। ਕੌਣ ਹੈ ਤੁਹਾਡੀ ਨਿਗਾਹ 'ਚ? ਵੇਖੋ ਸਰ, ਰਣਜੀਤ ਸਿੰਘ ਥੋੜ੍ਹੀ ਜਿਹੀ ਨਿਮਰਤਾ ਜੇ ਕਰ ਲੈਣ, ਨਿਮਰਤਾ ਨਹੀਂ ਹੈ, ਬਾਦਲ ਪਤੀ ਦਾ ਠੀਕ ਆ, ਉਹਨਾਂ ਦਾ ਜੋ ਕੁਛ ਕਰ ਰਿਹਾ ਬਹੁਤ ਵਧੀਆ, ਥੋੜ੍ਹੀ ਨਿਮਰਤਾ ਦੇ ਘਰ 'ਚ ਆ ਜਾਣ, ਬੜੇ ਪੁਰਾਣੇ ਆ, ਬੜੀ ਕੁਰਬਾਨੀ ਹੈ ਉਹਨਾਂ ਦੀ। ਸਰ ਰਵਿੰਦਰ ਸਿੰਘ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਵੀ ਆਪ ਅੱਗੇ ਲਾ ਕੇ, ਬੜੇ ਸੱਚੇ ਸੁੱਚੇ ਹੈ, ਇਮਾਨਦਾਰ ਹੈ, ਇੰਟੈਲੀਜੈਂਟ ਵੀ ਹੈ, ਔਰ ਕਦੋਂ ਦੇ ਲੱਗੇ ਆ ਉਹ? ਸਿੱਧੂ ਸਾਹਿਬ ਤੁਸੀਂ ਬੜੀ ਦੇਰ ਦੇ ਲੱਗੇ ਹੋ, ਤੁਹਾਡੀ ਸੁਣੀ ਜਾਂਦੀ ਹੈ, ਯੂਨਾਈਟਡ ਅਕਾਲੀ ਦਲ 'ਚ ਤੁਸੀਂ ਸੀਨੀਅਰ ਮੀਤ ਪ੍ਰਧਾਨ ਹੋ, ਮਤਵਾਜ਼ੀ ਜਥੇਦਾਰ ਨੇ, ਉੱਥੇ ਸੁਣੀ ਜਾਂਦੀ ਹੈ। ਕੀ ਇਹ ਸੰਭਵ ਹੈ ਕਿ ਤੁਸੀਂ ਜੇ ਇਹ ਗੱਲ ਕਰ ਲਓ, ਭਾਈ ਰਣਜੀਤ ਸਿੰਘ ਹੋਰਾਂ ਨੂੰ ਹੀ ਮਿਲ ਲਓ ਕਿ ਠੀਕ ਹੈ ਕੁਛ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਿਮਰਤਾ ਵਾਲੀ ਜਿਹੜੀ ਕੁਛ ਗੱਲ ਹੈ, ਮੇਰਾ ਖਿਆਲ ਉਹਨਾਂ 'ਚ ਬਦਲਾਓ ਵੀ ਕਾਫੀ ਦੇਖਣ ਨੂੰ ਜਿਹੜਾ ਉਹ ਮਿਲ ਵੀ ਰਿਹਾ ਪਿਛਲੇ ਸਮੇਂ ਤੋਂ, ਕੀ ਤੁਸੀਂ ਇੱਦਾਂ ਦੀ ਕੋਸ਼ਿਸ਼ ਕਰੋਗੇ ਅੱਗੇ ਲੱਗ? ਬਿਲਕੁਲ ਕਰਾਂਗੇ। ਸਾਨੂੰ ਭਾਵੇਂ ਪਿੰਡ ਜਾਣਾ ਪਵੇ, ਜੋ ਇਹਨਾਂ ਦੀ ਸਲੀਹਤ ਆ, ਜੋ ਇਹਨਾਂ ਦੀ ਕਰਤੂਤ ਆ, ਉਹ ਦੱਸਾਂਗੇ ਲੋਕਾਂ ਨੂੰ। ਮੈਂ ਕਿਹਾ ਇਹਨਾਂ ਦੇ ਜੇ ਬਾਹਰ ਨਿਕਲੇ ਘਰ 'ਚੋਂ, ਤੁਸੀਂ ਕਹਿ ਦਿਓ ਇਹਨਾਂ ਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦੇਣਾ ਲੋਕਾਂ ਨੇ, ਇੰਨੇ ਪਾਪ ਕੀਤੇ ਇਹਨਾਂ ਨੇ ਯਾਰ। ਜਦੋਂ ਤੱਕ ਸਾਡੀ ਵੇਖੋ ਨੌਜਵਾਨ ਪੀੜ੍ਹੀ ਤਾਂ ਖਤਮ ਹੋ ਗਈ ਤਕਰੀਬਨ, ਅਤੇ ਕੁੜੀਆਂ ਵੀ ਨਸ਼ਿਆਂ 'ਤੇ ਲੱਗ ਗਈਆਂ, ਅਤੇ ਹਜੇ ਮੰਨ ਨਹੀਂ ਰਹੇ ਵੀ ਅਸੀਂ ਨਸ਼ਾ ਲਿਆਂਦਾ। ਇਹ ਬੜੀ ਗਿਣੀ ਮਿਥੀ ਸਾਜਿਸ਼ ਨਾਲ ਸਿੱਖੀ ਨੂੰ ਢਾਹ ਲਾਉਣ ਲਈ, ਸਿੱਖਾਂ ਨੂੰ ਬਰਬਾਦ ਕਰਨ ਲਈ, ਅਮਲੀ ਬਣਾਉਣ ਲਈ ਬੜੀ ਲੰਬੀ ਸੋਚ ਨਾਲ ਕੀਤਾ ਗਿਆ ਹੈ। ਜਿਹੜੇ ਜਿੰਨੇ ਵੀ ਸਿੱਧੂ ਸਾਹਿਬ ਬਾਹਰ ਬੈਠੇ ਹੋਏ ਲੋਕ ਨੇ ਬਾਹਰਲੇ ਮੁਲਕਾਂ 'ਚ, ਉਹਨਾਂ ਦਾ ਇੱਕ ਗਿਲਾ ਜੀ ਇਹ ਬਹੁਤ ਵੱਡਾ ਕਿ ਇਹ ਜਿਹੜੇ ਨਾ ਖੇਰੂ ਨੇ, ਛੋਟੇ ਛੋਟੇ ਦਲ ਜਿਹੜੇ ਉਹ ਬਣੇ ਹੋਏ ਆ, ਇਹ ਇਸ ਕਮ ਸੇ ਕਮ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਸਿਆਸਤ ਪਾਸੇ ਕਰ ਦਿਓ, ਸਿਆਸਤ ਦੇ ਉੱਤੇ ਛੱਡੋ, ਪੰਜਾਬ ਦੇ ਉੱਤੇ ਕੌਣ ਕਾਬਜ਼ ਹੁੰਦਾ, ਕੌਣ ਕੀ ਕਰਦਾ, ਕੌਣ ਵਿਰੋਧੀ ਧਿਰ ਦਾ ਨੇਤਾ, ਕੌਣ ਨਹੀਂ ਆ, ਉਹਨੂੰ ਸਭ ਕੁਝ ਪਾਸੇ ਕਰ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਜ਼ਾਦ ਕਰਾਉਣ ਦੇ ਵਾਸਤੇ, ਕੀ ਸਾਡੀ ਜਿਹੜੀ ਲੀਡਰਸ਼ਿਪ ਜੋ ਪਿਛਲੇ ਸਮੇਂ 'ਚ ਉਹਨੇ ਗਲਤੀਆਂ ਕੀਤੀਆਂ ਕਿ ਨਹੀਂ ਮੈਂ ਨਹੀਂ ਮੰਨਦੇ, ਉਹ ਗਲਤੀਆਂ ਦੁਬਾਰਾ ਦੁਹਰਾਊਗੀ, ਜਾਂ ਉੱਥੇ ਜਿਹੜੀ ਇਹਦੀ ਕਹਾਣੀ ਇੱਕ ਇਕੱਠੇ ਹੋਣ ਦੀ, ਕਮ ਸੇ ਕਮ ਇੱਕ ਇਸ਼ੂ ਦੇ ਉੱਤੇ ਇਕੱਠੇ ਹੋਣ ਦੀ ਇਹ ਆ ਸਕਦੀ? ਤੁਸੀਂ ਆਸਮੰਦ ਹੋ? ਮੈਂ ਬੇਨਤੀ ਕਰਨੀ ਚਾਹੁੰਦਾ ਬਾਹਰਲੇ ਵੀਰਾਂ ਨੂੰ, ਜਿਹੜੇ ਸੁਹਿਰਦ ਨੇ, ਜਿਹਨਾਂ ਨੂੰ ਪੰਥਕ ਦਰਦ ਆ, ਜਿਹੜੇ ਜਿੱਥੇ, ਉਹਨਾਂ ਨੂੰ ਬੇਨਤੀ ਕਰਨ ਕਿਸੇ ਨੂੰ ਪੈਸਾ ਨਾ ਦੇਣ, ਆਪਣੀ ਇੱਕ 5-ਮੈਂਬਰੀ ਕਮੇਟੀ ਆ ਕੇ ਬਣਾ ਕੇ ਇੱਥੇ, ਕਿਉਂਕਿ ਜਿਹੜੇ ਸੰਘਰਸ਼ ਕਰ ਰਹੇ ਆ, ਜਿਵੇਂ ਅਸੀਂ ਲੋਕ ਹਾਂ ਜਿਹੜੇ 1978 ਤੋਂ ਲੱਗੇ ਹਾਂ, ਜਿਹੜੇ ਕਿਉਂਕਿ ਉਹ ਬਹੁਤ ਨੁਕਸਾਨ ਹੋਇਆ, ਮਾਇਕ ਵੀ ਨੁਕਸਾਨ ਹੋਇਆ, ਸਰੀਰਕ ਵੀ ਨੁਕਸਾਨ ਹੋਇਆ, ਔਰ ਕਮੇਟੀ ਬਣਾ ਦੇਣ ਬਾਹਰ ਲਿਆ ਕੇ, ਬਾਹਰਲੇ ਕਮੇਟੀ ਨਹੀਂ, ਆਪਦੀ ਕਮੇਟੀ 5 ਮੈਂਬਰ ਬਣਾਉਣ ਆਪਦੇ, ਜਿਹੜੇ ਜੇ ਹਰ ਇੱਕ ਨੂੰ ਪੈਸੇ ਨਾ ਦੇਣ, ਜਿਵੇਂ ਬਹੁਤ ਪੈਸਿਆਂ ਦੇ ਵੀ ਭੁੱਖੇ, ਬਹੁਤ ਲਾਲਚੀ, ਪੈਸਾ ਕਿਸੇ ਨੂੰ ਨਾ ਦੇਣ, ਉਹ 5-ਮੈਂਬਰੀ ਕਮੇਟੀ ਕਰਕੇ ਉੱਪਰਲਾ ਪ੍ਰਬੰਧ ਆ ਜਿਹੜੇ ਕਰਨ, ਅਤੇ ਇੱਥੋਂ ਵਾਲੀ ਬੇਨਤੀ, ਜਿਵੇਂ ਸਰ ਰਵਿੰਦਰ ਸਿੰਘ ਹੈ, ਜਿਵੇਂ ਸਰ ਰਣਜੀਤ ਸਿੰਘ ਹੈ, ਇਹਨਾਂ ਨੂੰ ਨਿਮਰਤਾ ਤੋਂ ਕੰਮ ਲੈਣਾ ਚਾਹੀਦਾ, ਜੱਫੀ 'ਚ ਲੈਣਾ ਚਾਹੀਦਾ। ਆਪਾਂ ਇੱਥੇ ਦੁਬਾਰਾ ਜਿਹੜੀ ਉਹ ਗੱਲਬਾਤ ਸ਼ੁਰੂ ਕਰਦੇ ਹਾਂ। ਗੁਰਨਾਮ ਸਿੰਘ ਸਿੱਧੂ ਜੀ, ਜਿਹੜੇ ਕਿ ਯੂਨਾਈਟਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ, ਜੋ ਇਸ ਵੇਲੇ ਜਿਹੜਾ ਜੀ ਇਹ ਚੱਲ ਰਿਹਾ, ਔਰ ਖਾਸ ਤੌਰ ਦੇ ਉੱਤੇ ਨਿਗਾਹਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਉਹਦੇ ਉੱਤੇ ਜਿਹੜੀਆਂ ਲੱਗੀਆਂ, ਕਿਉਂਕਿ ਜਿੰਨੀ ਦੇਰ ਤੱਕ ਆਮ ਚੋਣਾਂ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਬਦਲੇ ਜਾਂਦੇ, ਉਨੀ ਦੇਰ ਤੱਕ ਕੋਈ ਬਦਲਾਓ ਜਿਹੜਾ ਜੀ ਉਹ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਅਸੀਂ ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ। ਗੁਰਨਾਮ ਸਿੰਘ ਸਿੱਧੂ ਜੀ, ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਨੇ,
यूनाइटेड अकाली दल दे उन्हां दे नाल असीं गलबात कर रहे हैं इस वेले जिहड़े पंथक मसलियां दे उत्ते जो कुछ जिहड़ा दी वो चल रहा है खास तौर दे उत्ते एक आस जिहड़ी आ उहदी किरण दिस रही है इस वेले वो है हालांकि जिहड़ा पिछला बनाया सीगा कमिशन पिछली सरकार ने जस्टिस सबका जस्टिस जोरा सिंह होरां दा कमिशन उहदी रिपोर्ट विधानसभा दीआं चोणां तों 6 महीने पहलां उहनां कोले आ गई सी पर उहनां ने दब ली उन्हां दे आगू ये कहिंदे असीं देखी नहीं क्यों नहीं देखी इन्ने गंभीर मसले दे उत्ते आई हुई रिपोर्ट क्यों ना देखी उहनूं जिहड़ा सीगा दी रद्द करके नवीं बनी सरकार जिहड़ी सीगी उहने फिर नवां कमिशन जिहड़ा उह ला दित्ता हुण उह रिपोर्ट जिहड़ी आ जस्टिस रणजीत सिंह होरां दे कमिशन दी सबमिट होई आ उहदी पहली कापी जिहड़ी अजे दो रिपोर्टां शायद होर आउणियां ने दो जां तिन भागां दे विच इह सारी दी सारी रिपोर्ट आ की इहदे विचों आउंदा है की जिहड़े दी किहड़े किहड़े चेहरे जिहड़े आ जी उह नंगे हुंदे आ कुछ ऑफिसर्स दे नाम जिहड़े आ जी उह जरूर आए आ कि आह जिहड़े ऑफिसर ने उहनां दी इनवॉल्वमेंट किते ना किते लगदी आ कि उहनां ने बणदा रोल नहीं निभाया खास तौर दे उत्ते शांतमई जिहड़ा रोस प्रगट कर रहे लोग सी उहनां दे उत्ते जिहड़ी गोली चलाउण वाला मसला सीगा सिद्धू साहब एक मैं रिपोर्ट पढ़ रहा सीगा जिहड़े प्राइवेट कॉलेज ने जां जिहड़े सरकारी कॉलेज ने इस वारी उन्हां दियां एडमिशनां अद्धियां भी नहीं रह गईयां भाव के जिहड़ी बहुती जनरेशन है जां तां उह चलेगी विदेशां दे विच जां इक साडी जनरेशन जिहड़ी आ उह खप गई नशियां दे विच इक पूरी दी पूरी जनरेशन तबाह करती नशियां ने जिहड़ी नवीं जनरेशन है ਤੁਹਾਨੂੰ ਲੱਗਦਾ ਕਿ ਉਹਦੇ ਵਿੱਚੋਂ ਕੁਝ ਲੋਕ ਉੱਠਣਗੇ ਕਿਉਂਕਿ ਜਿਹੜੇ ਤੁਸੀਂ ਸਾਡੇ ਤੋਂ ਵੱਡੀ ਏਜ ਵਾਲੇ ਹੋ ਉਹ ਤੋਂ ਬਾਅਦ ਅਸੀਂ ਆਉਂਦੇ ਸਾਡੇ ਤੋਂ ਬਾਅਦ ਜਿਹੜੀ ਅਗਲੀ ਜਨਰੇਸ਼ਨ ਆ ਉਹ ਆਉਂਦੀ ਆ ਉਹ ਤਾਂ ਤਕਰੀਬਨ ਮੁੱਕਣ ਦੇ ਜਿਹੜੇ ਦੀ ਉਹ ਕੰਢੇ ਆ ਗਈ ਸਾਡੇ ਤੋਂ ਵੀ ਪਹਿਲਾਂ ਇਹ ਸਾਡੇ ਸਮਿਆਂ 'ਚ ਹੋਣਾ ਸੀਗਾ ਕਿ ਅਸੀਂ ਇਹ ਸਾਰਾ ਕੁਝ ਜਿਹੜਾ ਉਹ ਦੇਖਣਾ ਸੀਗਾ ਤੁਹਾਨੂੰ ਉਹਦੇ ਤੋਂ ਕੋਈ ਆਸ ਹੈ ਕਿ ਉਹ ਦੁਬਾਰਾ ਜਾਗੂਗੀ ਔਰ ਆਪਣੇ ਹੱਥਾਂ ਦੇ ਵਿੱਚ ਵਾਗਡੋਰ ਲਊਗੀ ਜੋ ਸਿੱਖ ਕੌਮ ਦਾ ਇਤਿਹਾਸ ਹੈ ਤੁਸੀਂ ਪਿਛਲਾ ਇਤਿਹਾਸ ਦੇਖੋ ਕਿ ਕਿਹੜਾ ਇੰਨੀ ਚੀਜ਼ ਨਹੀਂ ਵਾਪਰੀ ਸਿਰਾਂ ਦੇ ਮੁੱਲ ਪਏ ਗੱਡਿਆਂ ਦੇ ਸਿਰ ਲੱਦੇ ਗਏ ਐਸਾ ਕੁਛ ਕੌਮ ਸਿੱਖ ਕੌਮ ਨਾਲ ਹੋਇਆ ਪਰ ਮਹਾਰਾਜ ਨੇ ਐਸੀ ਬਣਤਰ ਬਣਾਈ ਹੈ ਇਸ ਕੌਮ ਦੀ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਜਿਹੜਾ ਸਾਡਾ ਰੱਖ ਹੈ ਉਹ ਸਾਡੀ ਬਾਂਹ ਫੜੂਗਾ ਔਰ ਜਿਹੜੇ ਨਵੇਂ ਬੱਚੇ ਆ ਉਹ ਸਾਥੋਂ ਕਿਤੇ ਅੱਗੇ ਆ ਜਿਹੜਾ ਅੱਜ ਕੱਲ੍ਹ ਜੋ ਇਤਿਹਾਸ ਅੱਗੇ ਦੇ ਪੇਪਰ ਪੜ੍ਹ ਕੇ ਜਾਂ ਸੁਣ ਕੇ ਕਰਨਾ ਹੁਣ ਤਾਂ ਵਟਸਐਪ 'ਤੇ ਵੀਡੀਓ ਸਭ ਕੁਛ ਆ ਰਿਹਾ ਨਾਲ ਦੀ ਨਾਲ ਆ ਰਿਹਾ ਜੋ ਕੁਛ ਇਹਨਾਂ ਕਰਤੂਤਾਂ ਹੈ ਔਰ ਇਹਨਾਂ ਨੇ ਕਰਤੂਤਾਂ ਐਡੀਆਂ ਮਾੜੀਆਂ ਕੀਤੀਆਂ ਕੌਮ ਦੇ ਨੁਕਸਾਨ ਲਈ 78 ਤੋਂ 1978 ਤੋਂ ਲੈ ਕੇ ਜਿੱਥੋਂ ਇਹ ਸਾਰਾ ਸ਼ੁਰੂ ਹੁੰਦਾ ਜਿੱਥੋਂ ਇਹ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਵੀ ਇਹ ਨੰਗੇ ਕਿਉਂ ਨਹੀਂ ਹੋਏ ਹੁਣ ਤੱਕ ਸਾਡਾ ਕਿਉਂ ਇੰਨਾ ਦਿਮਾਗ 1978 ਨੂੰ ਜਦੋਂ ਨਿਰੰਕਾਰੀ ਕਾਂਡ ਹੋਇਆ ਵੇਖੋ ਸਿੱਖਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਵੀ ਇਹਨਾਂ ਨੂੰ ਪਰ ਬੰਦ ਕਰੋ ਗੁਰੂ ਗ੍ਰੰਥ ਸਾਹਿਬ 'ਤੇ ਇਹ ਪੰਜ ਪਿਆਰੇ ਸੱਤ ਪਿਆਰੇ ਬਣਾਉਂਦਾ ਹੈ ਨਾ ਕਰੋ ਅਕਾਲੀ ਦਲ ਦਾ ਰਾਜ ਹੋਵੇ ਅਕਾਲੀ ਦਲ ਦੇ ਮੰਤਰੀ ਪ੍ਰਧਾਨ ਆਪਣਾ ਮੁੱਖ ਮੰਤਰੀ ਅਤੇ ਉਮਰਾ ਨੰਗਲ ਉੱਥੇ ਬੈਠੇ ਹੋਣ ਅਤੇ 13 ਸਿੰਘ ਸ਼ਹੀਦ ਕਰ ਦਿੱਤੇ ਗਏ ਹੋਣ ਇਹਨਾਂ ਨੇ ਕੰਮ ਕਿਹੜਾ ਚੰਗਾ ਕੀਤਾ ਇੱਕ ਵੀ ਕੰਮ ਮੈਨੂੰ ਗਣਾਦਰ ਮਿਆਸ ਚੰਗਾ ਕੀਤਾ 1978 ਤੋਂ ਲੈ ਕੇ ਹੁਣ ਤੱਕ ਕੌਮ ਦਾ ਐਸਾ ਮਸਲਾ ਜੇ 78 ਤੋਂ ਲੈ ਕੇ ਜਦੋਂ ਤੱਕ ਇਹ 17 ਤੱਕ ਰਹੇ ਉਹ ਕਰਦੇ ਰਹੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਫਿਰ ਜਿਹੜੀਆਂ ਉਹ ਜਥੇਬੰਦੀਆਂ ਜਿਨ੍ਹਾਂ ਨੂੰ ਸਿੱਖੀ ਨਾਲ ਮੋਹ ਪਿਆਰ ਸੀ ਉਹ ਕਿੱਥੇ ਗਾਇਬ ਰਹੀਆਂ ਜੀ ਸਰਕਾਰ ਦਾ ਅਤੇ ਕੇਂਦਰ ਦਾ ਜਿਹੜੀ ਨੌਜਵਾਨੀ ਜਿਹਨਾਂ 'ਚ ਮਨ ਦੀ ਤੜਪ ਸੀ ਉਹ ਥੋੜ੍ਹਾ ਹੋਇਆ ਨਾ ਬਹੁਤ ਕੁਛ ਹੋਇਆ ਬਹੁਤ ਕੁਛ ਹੋਇਆ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਖਤਮ ਕਰਤੇ ਇਹਨਾਂ ਨੇ ਕਿਉਂਕਿ ਕੇਂਦਰ ਇਹ ਚਾਹੁੰਦਾ ਸੀ ਇਸ ਕੌਮ ਨੂੰ ਤਹਿਸ ਨਹਿਸ ਕਰਨਾ ਇਹ ਜਿਹੜੀ ਪੰਥਕ ਸਰਕਾਰ ਆਪਣੇ ਆਪ ਨੂੰ ਕਹਾਉਂਦੀ ਹੈ ਇਹ ਉਹਨਾਂ ਦਾ ਮੋਹਰਾ ਬਣ ਕੇ ਇਹਨਾਂ ਨੇ ਖੁਦ ਕਤਲੇਆਮ ਕੀਤਾ ਇੱਥੋਂ ਤੱਕ ਕਿ ਮੈਂ ਤੁਹਾਨੂੰ ਕਹਿ ਨਹੀਂ ਸਨ ਦੱਸਣ ਨੂੰ ਵੀ ਮਨ ਕੰਬਦਾ ਵੀ ਇੰਨਾ ਜ਼ੁਲਮ ਕੀਤਾ ਇਹਨਾਂ ਨੇ ਬੀਬੀਆਂ 'ਤੇ ਬਜ਼ੁਰਗਾਂ 'ਤੇ ਨੌਜਵਾਨਾਂ 'ਤੇ ਫਿਰ ਉਹਨਾਂ ਨੂੰ ਉਹ ਤਾਂ ਵੋਟਾਂ ਪਾ ਕੇ ਜਿੱਤਦੇ ਰਹੇ ਕਦੇ ਕਿਵੇਂ ਜਿੱਤੇ ਫਿਰ ਉਹ ਇਹਦਾ ਚਿਹਰਾ ਐਡਾ ਮੇਰੇ ਹਲਕੇ ਦਾ ਤੁਹਾਨੂੰ ਦੱਸਿਆ ਵੀ ਇੰਨਾ ਭੋਲਾ ਲੋਕਾਂ ਪੰਥ ਪ੍ਰਤੀ ਸਿੱਖਾਂ 'ਚ ਇੰਨਾ ਪਹਿਲਾਂ ਮਾਣ ਸੀ ਵੀ ਸਾਡਾ ਅਕਾਲੀ ਦਲ ਕਿਉਂ ਅਕਾਲੀ ਦਲ ਦੀਆਂ ਕੁਰਬਾਨੀਆਂ ਬਹੁਤ ਸੀ ਬਹੁਤ ਚਿਰ ਨੰਗਾ ਨਹੀਂ ਹੋ ਸਕਿਆ ਹੁਣ ਜਾ ਕੇ ਨੰਗਾ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੱਥ ਪਾਲਿਆ ਨੇ ਹੁਣ ਲੋਕਾਂ 'ਚ ਇਹਦਾ ਸਭ ਕੁਝ ਪਿਛੋਕੜ ਨੰਗਾ ਹੋ ਗਿਆ ਪਹਿਲਾਂ ਚੰਦ ਬੰਦੇ ਜਿਹੜੇ ਜਾਣਦੇ ਸੀ ਅਤੇ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਜੇਲ੍ਹਾਂ 'ਚ ਪਾ ਕੇ ਕੇਸ ਪਾ ਕੇ ਜਿਹੜਾ ਵੀ ਕੋਈ ਬੋਲਦਾ ਸੀ ਉਹਨੂੰ ਚੱਕ ਕੇ ਅੰਦਰ ਕਿਉਂਕਿ ਕੇਂਦਰ ਇਹਨਾਂ ਦੇ ਨਾਲ ਸੀ ਜਿਹੜਾ ਹੁਣ ਬਲਿਊ ਸਟਾਰ ਦਾ ਕਾਂਵਾਂ ਰੋਲੀ ਪਾਉਂਦੇ ਆ ਕਾਂਗਰਸ ਸਾਰਾ ਕਰਨ ਵਾਲੇ ਤਾਂ ਆਪ ਹੈ ਤੁਸੀਂ ਸਿਆਣੇ ਹੋ ਸਾਰੇ ਪੜ੍ਹੇ ਲਿਖੇ ਆ ਸਭ ਸਾਬਤ ਹੋ ਗਿਆ ਕਿ ਬਲਿਊ ਸਟਾਰ ਕਰਾਉਣ ਵਾਲੇ ਇਹ ਆ ਲੌਂਗੋਵਾਲ ਬਾਦਲ ਟੌੜਾ ਸਾਰੇ ਇੱਕੋ ਹੀ ਚੀਜ਼ ਸੀ ਇਹਨਾਂ 'ਚੋਂ ਸਿਰਫ ਇੱਕੋ ਹੀ ਚੰਗਾ ਕੰਮ ਕਰ ਗਿਆ ਜੋ ਬਲਿਊ ਸਟਾਰ ਤੋਂ ਬਾਅਦ ਜਿਹੜੇ ਜੋਧਪੁਰ ਜੇਲ੍ਹ 'ਚ ਸੀ ਜਾਂ ਦੂਜੇ ਸੀ ਜਿਹੜੇ ਬੈਂਸ ਕਮੇਟੀ ਬਣੀ ਅਜੀਤ ਸਿੰਘ ਬੈਂਸ ਉਹ ਸਾਡੇ ਵਰਗਿਆਂ ਸਾਰਿਆਂ ਨੂੰ ਬਾਹਰ ਕੱਢ ਗਿਆ ਨਹੀਂ ਸਾਰੇ ਅਸੀਂ ਵੀ ਹੁਣ ਤੱਕ ਜੇਲ੍ਹਾਂ 'ਚ ਹੀ ਹੋਣੇ ਸੀ
वो 500 बंदे जड़े उदों एक चंगा काम होया, नहीं तो इन्होंने जिहड़ा बेचारा अंदर रुल गया अंदर रुल गया, परिवार बाहर रुल गया, इन्ना तैश नुकसान किया पंथक सरकार ने। पर हुण जिहड़ा गुरु ग्रंथ साहिब नूं हथ पाया, मैनूं पूर्ण विश्वास है कि उह निरंकारी दी ते झूठे सौदे वाली एड्डी वड्डी सल्तनत बनी सी, केंद्र दा इतिहास सी, उहदा की हाल होया तुसीं सारे देखिआ, इहनां दा हाल उस तों वी पैड़ा होऊगा। ਇਹਨਾਂ ਦਾ ਹਾਲ ਇਸ ਤੋਂ ਪੜੇ, ਸਰਕਾਰਾਂ ਛੱਡਦੇ ਨੇ ਸੋਚਣਾ ਵੀ ਸਰਕਾਰ ਬਣੂਗੀ। ਜਿਹੜੇ ਪੰਥਕ ਆਗੂ ਨੇ, ਜਿਹੜੇ ਕੌਮ ਦੇ ਆਗੂ ਜਿਹੜੇ ਉਹ ਖਵਾਉਂਦੇ ਰਹੇ, ਫਿਰ ਇਹ ਜਿਹੜਾ ਟਨਿਓਰ ਦੀ ਤੁਸੀਂ ਗੱਲ ਕਰ ਰਹੇ ਹੋ, 78 ਤੋਂ ਸ਼ੁਰੂ ਕਰਕੇ 17 ਤੱਕ ਜਿਹੜਾ ਆਉਂਦੇ ਹੋ, ਇਹ ਇਹਦੇ ਦੌਰਾਨ ਉਹ ਚੁੱਪ ਕਿਉਂ ਕਰ ਗਏ ਜੀ? ਉਹ ਕਿੱਥੇ ਰਹੇ? ਚੁੱਪ ਨਹੀਂ ਕੀਤੇ, ਇਹਨਾਂ ਦੀ ਸਾਰੀ ਤਾਕਤ ਨੂੰ ਦੱਸਿਆ ਵੀ ਕਿਸੇ ਨੂੰ ਅੱਤਵਾਦੀ ਬਣਾ ਦਿੱਤਾ, ਕਿ ਵੱਖਵਾਦੀ ਬਣਾ ਦਿੱਤਾ, ਕਿਸੇ ਨੂੰ ਮਾਰਤਾ, ਕਿਸੇ ਨੂੰ ਜੇਲ੍ਹਾਂ 'ਚ ਸੁੱਟਤਾ, ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਹੁਣ ਸੰਭਾਲਣਾ ਕੋਈ ਨਹੀਂ ਵਿਚਾਰੇ, ਰੋਟੀ ਤੋਂ ਆਤਰਾ। ਉਹ ਤਾਂ ਦਿੱਲੀ ਜਿਹੜਾ 84 ਦਾ ਹੋਇਆ, ਤੁਸੀਂ ਨਹੀਂ ਸਮਝਦੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜਾ ਸਰਬੱਤ ਖਾਲਸਾ ਸੱਦਿਆ ਗਿਆ ਸੀ, ਜੋ ਰੋਸ ਲੋਕਾਂ ਦੇ ਮਨਾਂ ਦੇ ਵਿੱਚ ਉਦੋਂ ਜਿਹੜਾ ਇੱਕ ਪੈਦਾ ਹੋਇਆ ਸੀ, ਕਿੰਨੇ ਲੱਖ ਬੰਦਾ ਜਿਹੜਾ ਜੀ ਉੱਥੇ ਜਾ ਕੇ ਇਕੱਠਾ ਹੋ ਗਿਆ, ਔਰ ਇਹ ਕਿਹਾ ਗਿਆ ਕਿ ਉਹ ਰੋਸ ਜਿਹੜਾ ਸੀ ਉਹਨੂੰ ਠੰਡਿਆਂ ਕਰ ਦਿੱਤਾ ਪੰਥਕ ਆਗੂਆਂ ਨੇ। ਤੁਸੀਂ ਵੇਖੋ, ਅੰਨਾ ਪੈਸਾ ਕਮਾਇਆ, ਅੰਨਾ ਪੈਸਾ, ਅਤੇ ਕੇਂਦਰੇ ਦੇ ਨਾਲ ਹੋਵੇ, ਜਿਹੜਾ ਸਰਬੱਤ ਖਾਲਸਾ ਹੋਇਆ, ਲੋਕ ਆਪਣੇ ਆਪ ਪਹੁੰਚੇ ਹੈ, ਸਾਡੇ ਕੋਲ ਤਾਂ ਟੈਂਟਾਂ ਨੂੰ ਪੈਸੇ ਦੇਣ ਵਾਸਤੇ ਵੀ ਹੈ ਨਹੀਂ ਸੀ, ਆਪਣੇ ਆਪ ਲੋਕਾਂ ਨੇ ਸਾਰਾ ਕੀਤਾ। ਪਰ ਏਜੰਸੀਆਂ, ਕੇਂਦਰ ਦੀਆਂ ਅਤੇ ਸਰਕਾਰ ਦੀਆਂ ਏਜੰਸੀਆਂ ਵਿੱਚ ਇੰਨੀਆਂ ਵੱਡੀਆਂ ਸੀ, ਇਹ ਤਾਂ ਸ਼ੁਕਰ ਕਰੋ ਅਜੇ ਜਿਹੜੇ ਜਾਇਦਾਰ ਸਾਡੇ ਸਰਬੱਤ ਖਾਲਸੇ ਵਾਲੇ ਉਹ ਕਾਇਮ ਨੇ, ਨਹੀਂ ਤਾਂ ਇਹਨਾਂ ਨੇ ਤੈਅ ਨਾ ਜਿਵੇਂ ਪਹਿਲਾਂ ਨਹੀਂ ਕੀਤੀਆਂ ਸਾਰੀਆਂ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲ ਦਾ ਆਪਦਾ ਜੀਵਨ ਸੀ, ਇਸ ਕਰਕੇ ਉਹ 84 ਤੱਕ ਆਪਦਾ ਕੱਢ ਗਿਆ, ਨਹੀਂ ਤਾਂ ਇਹਨਾਂ ਨੇ ਉਹਨਾਂ ਨੂੰ ਕਿਹਾ ਛੱਡਣਾ ਸੀ, ਇਹਨਾਂ ਦੀ ਕੋਈ ਬਾਹਰ ਨਹੀਂ ਚੱਲੀ ਉੱਥੇ। ਤੋ ਏਜੰਸੀਆਂ ਦਾ ਰੋਲ ਸੀ ਜਿਹੜਾ ਉਹ ਟੋਟਲ ਏਜੰਸੀਆਂ ਦਾ ਰੋਲ, ਸਰਕਾਰਾਂ ਦਾ ਰੋਲ, ਸਰਕਾਰਾਂ ਦਾ ਪੈਸੇ ਦੇਣੇ, ਇੱਧਰ ਉੱਧਰ ਕਰਨੇ, ਇੰਨੇ ਢੰਗੀ ਨੇ, ਇੰਨੇ ਢੰਗੀ ਨੇ, ਅਨਪੋਲ ਲੋਕ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਸਿੱਧੇ ਸਾਦੇ ਅਨਪੋਲ ਹੈ। ਪਰ ਇਹ ਤਾਂ ਗੁਰੂ ਨੇ ਖੇਡ ਵਰਤਾਈ ਜਿਹੜੇ ਨੰਗੇ ਹੋਏ। ਸਿੱਧੂ ਸਾਹਿਬ, ਇਸ ਵੇਲੇ ਜਿਹੜਾ ਇੱਕ ਬੜਾ ਅਹਿਮ ਮੁੱਦਾ ਜਿਹੜਾ ਪੱਖਦਾ, ਉਹ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਧਮਕੀਆਂ, ਜਾਂ ਜਿਹੜੇ ਟਕਸਾਲ ਅਤੇ ਦੂਸਰੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਦਾ ਜਿਹੜਾ ਜੀ ਆਪਸੀ ਟਕਰਾਓ, ਇਹਦੇ ਉੱਤੇ ਪੰਥਕ ਆਗੂਆਂ ਦੀ ਚੁੱਪ ਜਿਹੜੀ ਹੈ ਜੀ, ਉਹ ਬੜੀ ਗੰਭੀਰ ਹੈ, ਇਸ ਮਸਲੇ ਦੇ ਉੱਤੇ ਵੀ ਕੋਈ ਨਹੀਂ ਬੋਲਦਾ। ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੇ ਪ੍ਰਚਾਰਕ ਹੈ, ਬਾਣੀ ਦਾ ਪ੍ਰਚਾਰ ਕਰਨ, ਬਾਣੀ ਦਾ ਨਿਰੋਲ, ਕਿੰਤੂ ਪ੍ਰੰਤੂ ਨਾ ਕਰਨ, ਕਿੰਤੂ ਪ੍ਰੰਤੂ ਦਾ ਸਮਾਂ ਨਹੀਂ ਹੈ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ 78 ਤੋਂ ਲੈ ਕੇ 84 ਤੱਕ ਰਹੇ, ਉਹਨੇ ਕੋਈ ਨਹੀਂ ਛੇੜਿਆ ਮਰਿਆਦਾ ਦਾ, ਕੋਈ ਰਾਗ ਬਾਣੀ ਦਾ, ਕਿਸੇ ਰਾਗ ਮਾਲਾ ਦਾ, ਜਾਂ ਦਸਮ ਗ੍ਰੰਥ ਦਾ। ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ, ਜਿਹੜੇ ਪੜ੍ਹੇ ਲਿਖੇ ਸੱਜਣ ਹੈ, ਉਹ ਇਹ ਕੰਮ ਨਹੀਂ ਉਹਨਾਂ ਦਾ ਕਿੰਤੂ ਪ੍ਰੰਤੂ ਕਰਨਾ, ਆਹ ਗ੍ਰੰਥ ਕਿਵੇਂ, ਆਹ ਗ੍ਰੰਥ ਕਿਵੇਂ ਹੈ। ਉਹ ਜਦੋਂ ਕਿ ਤੁਹਾਡੇ ਪਾਵਰ ਆ ਜੂ ਉਦੋਂ ਕਰੋ, ਹਜੇ ਨਾ ਕਰੋ, ਤਾਂ ਬਾਦਲ ਦਾ ਕਿਉਂ ਤੁਸੀਂ ਪਿੱਛੇ ਚੱਲ ਲੱਗਦੇ ਉਹਦੇ? ਉਹ ਤਾਂ ਚਾਹੁੰਦਾ ਕੌਮ 'ਚ ਵੰਡੀਆਂ ਪੈਣ, ਕੌਮ ਲੜਨ। ਪ੍ਰਚਾਰ ਸਰ ਰਣਜੀਤ ਸਿੰਘ ਢੰਡਰੀਆਂ ਵਾਲੇ ਬੜੇ ਅੱਛੇ ਨੌਜਵਾਨ ਨੇ, ਪ੍ਰਚਾਰ ਕਰਦੇ ਨੇ। ਦਮਦਮ ਟਕਸਾਲ ਨੂੰ ਬੇਨਤੀ ਕਰਦਾ ਕਿ ਬਹੁਤ ਵੱਡਾ ਵਿਰਸਾ ਉਹਨਾਂ ਦਾ, ਇਹ ਕਿੰਤੂ ਪ੍ਰੰਤੂ ਜੀ ਨਾ ਪੈਣ, ਉਹਦਾ ਟਕਸਾਲ ਦਾ ਬਹੁਤ ਸਤਿਕਾਰ ਆ। ਭਾਵਾਂ ਕਿਵੇਂ ਹੀ ਅੱਜ ਕੱਲ੍ਹ ਜੋ ਕੁਛ ਹੋਇਆ, ਕੀ ਕਾਰਨ ਹੋਇਆ, ਮੈਂ ਜਿਹੜੇ ਪ੍ਰਚਾਰਕ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਸਿਰਫ ਪ੍ਰਚਾਰ ਕਰੋ, ਪ੍ਰਚਾਰ ਦੀ ਬਹੁਤ ਲੋੜ ਹੈ। ਤੁਹਾਡੀਆਂ ਕੌਮ ਦੀਆਂ ਕੁੜੀਆਂ ਤੱਕ ਨਸ਼ੇ ਲੱਗ ਗਈਆਂ, ਤੁਹਾਡਾ ਪ੍ਰਚਾਰ ਕਿੱਥੇ ਜਾਊਗਾ? ਇਕੱਲੇ ਅੰਮ੍ਰਿਤ ਛਕਾਉਣ 'ਤੇ ਨਾ ਪਾਓ, ਸਿੱਖੀ ਜੀਵਨ ਬਾਰੇ, ਸਿੱਖੀ ਜੋ ਸਾਡਾ ਪਿਛਲਾ ਪਿਛੋਕੜਾ ਉਹ ਦੱਸੋ, ਅਤੇ ਆਪਣੇ ਆਪ ਤੋਂ ਹਉਮੈ ਤੋਂ ਬਚੋ। ਜੋ ਸਾਹਿਬ ਕੀ ਇੰਨੇ ਆਗੂ ਤੁਹਾਡੇ ਨਾਲ ਇਕੱਠੇ ਨੇ, ਕਿੰਨਿਆਂ ਦਾ ਤੁਸੀਂ ਜ਼ਿਕਰ ਕਰਤਾ, ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਬਿਠਾ ਨਹੀਂ ਸਕਦੇ, ਇਹਨਾਂ ਨੂੰ ਟਿਕਾ ਨਹੀਂ ਸਕਦੇ? ਸਰ ਕੇਂਦਰ ਸਰਕਾਰ ਦਾ ਅਤੇ ਜਿਹੜੀ ਪੰਥਕ ਸਰਕਾਰ ਤੁਰ ਚੁੱਕੀ ਹੈ, ਉਹਨਾਂ ਦਾ ਪੂਰਾ ਜ਼ੋਰ, ਬਹੁਤ ਪੈਸਾ ਕਮਾਇਆ ਉਹਨਾਂ, ਬਹੁਤ ਹੀ ਪੈਸਾ, ਨਾਨਾ ਗਲਤ ਢੰਗਾਂ ਰਾਹੀਂ ਪੈਸਾ ਦੇ ਕੇ ਇਹਨਾਂ ਨੇ ਫੁੱਟ ਪਾਉਣ ਦੀ ਹਰ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਚਾਹੁੰਦੇ ਕੌਮ ਇਕੱਠੀ ਹੋਵੇ, ਕੌਮ ਇਕੱਠੀ ਹੋਵੇ ਤਾਂ ਇਹਨਾਂ ਨੂੰ ਕਿਹੜਾ ਪੁੱਛੂਗਾ? ਇਸ ਲਈ ਏਜੰਸੀਆਂ ਦਾ ਤਾਂ ਇਹਨਾਂ ਪੂਰਾ ਰੋਲ ਹੈ, ਕਿਸੇ ਢੰਗ ਨਾਲ ਵੀ ਇਹਨਾਂ ਨੂੰ ਲਜਾਈਏ, ਇਹਨਾਂ ਨੂੰ ਫਸਾਈਏ, ਇਹਨਾਂ ਨੂੰ ਆਪਦੀ ਟਕਰਾਈਏ, ਤਾਂ ਕਿ ਸਾਡੀ ਫਿਰ ਗੱਲ ਬਣੇ। ਜਿਹੜਾ ਨਾ ਕੋਈ ਚੀਜ਼ ਜਿਹੜੀ ਕਰ ਸਕਣੀ ਉਹ ਏਜੰਸੀਆਂ ਦੇ ਦੋਸ਼ ਮੜ ਦੇਣਾ, ਇਹ ਸਹੀ ਹੈ? ਇਹ ਬਿਲਕੁਲ ਸੱਚ ਹੈ, ਇਹ ਬਿਲਕੁਲ ਸਰਕਾਰ ਕਰਦੀ ਰਹੀ ਹੈ। ਮੈਂ ਰਿਹਾ ਸਰਕਾਰ 'ਚ, ਹੋਮ ਮਿਨਿਸਟਰੀ ਰਿਹਾ, ਮੈਨੂੰ ਪਤਾ ਸਰਕਾਰ ਕੀ ਕਰਦੀ ਹੈ। ਸਰਕਾਰ ਨੇ ਹਰ ਹੀਲਾ ਵਰਤਣਾ ਆਪਦੀ ਗੱਦੀ ਨੂੰ ਕਾਇਮ ਕਰਨ ਲਈ, ਔਰ ਕੁਛ ਏਜੰਸੀਆਂ ਤਾਂ ਇਹੋ ਜਿਹੀਆਂ ਉਹ ਸਿੱਖਾਂ 'ਤੇ ਸਿੱਖਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ। ਮੈਂ ਤਾਂ ਕਹਿੰਦਾ ਬਦਕਿਸਮਤੀ ਹੈ ਉਹਨਾਂ ਦੀ, ਜੇ ਇੰਨੀ ਕੁਰਬਾਨੀ ਸਿੱਖਾਂ ਦੇ ਹੋਣ ਦੇ ਬਾਵਜੂਦ ਗੱਡਿਆਂ 'ਤੇ ਸਿਰ ਲੱਦੇ ਗਏ, ਮੁਲਕ ਨੂੰ ਜੇ ਧੀਆਂ ਭੈਣਾਂ ਇੱਥੋਂ ਦੇ ਮੰਦਰਾਂ ਦੇ ਦਰਵਾਜ਼ੇ ਤੱਕ ਬਾਹਰ ਲੈ ਗਏ ਚੱਕ ਕੇ, ਅਤੇ ਉਹ ਗੁਰੂਆਂ ਨੇ ਆਪ ਸ਼ਹੀਦੀਆਂ ਦਿੱਤੀਆਂ, ਆਪ ਕੁਰਬਾਨੀ। ਇਹ ਕਿਰਤਕਾਨ ਕੌਮ ਹੈ, ਹਿੰਦੁਸਤਾਨ ਤਾਂ ਕਿਰਤਕਾਨ ਕੌਮ ਹੈ, ਜਿਨ੍ਹਾਂ ਨੂੰ ਇਹ ਸਰਕਾਰ ਹੀ ਨਹੀਂ ਹੈ।
नौवें पातशाह ने शीश दिता इन्हां लई जंजू दी राखी लई। पंचम पातशाह तत्ती तवी ते बैठे, कदे इतिहास सुनिया वी बंदे आ रहे ने चीरे गए, खोपर लाए गए, बंद बंद कटवाए गए। इहो जी कौम नूं इह किड्डी बदकिस्मती है हिंदुस्तान दी। मेरे सुणे लगदा सिद्धू साहब के कौम नूं जिहड़ा कौम कोले आगू नहीं हैगा इस वेले, बिल्कुल नहीं है। मैं बेनती करदा गुरुमार अरदास बेनती भी करदे सी हमेशा, महाराज कौम नूं आगू बख्शो, कौम नूं सिरता बख्शो। जिहड़े कौम दे आगू तां बणे सी, किड्डे वड्डे बणे सी इह, पर बेड़ा गर्क करता इन्हां ने खरीदे गए। जिहड़ी RSS है या दूजियां जिहड़ियां सिखां नूं नहीं चाहुंदियां, मैं कहिंदा उहनां दी बेवकूफी है, बेअकली है। आपदे जिहड़े सिख एड्डी कुरबानी वाली कौम है, जिन्हां ने इन्नियां शहीदियां पाईआं, इन्नियां कुरबानियां कीतीआं इस मुल्क दी आजादी लई, ते उह इस कौम नूं खतम करन लगी, उह अपने पैरीं घोड़ा आप मार रहे है। सिख एड्डा वड्डा सैकूलर है, एड्डा वड्डा सैकूलर है, उहनूं अतवादी वक्खवादी कह के सब कुछ करन लगे है। ये कुदरत वल्लों ही क्यों ने, बुद्धि भ्रष्ट है। हाथ जोड़ के बेनती करना चाहना भी ये काम छड़ दो, कुदरत है जी, बहुत वड्डी चीज़ है, बहुत ही वड्डी चीज़ है, असीं उहदे तों कुछ भी नहीं है। ये अखीर घड़ा भर जाता है तो बड़ा पुट्टूगा। गुरनाम सिंह सिद्धू जी जिहड़े यूनाइटेड अकाली दल दे सीनियर वीर प्रधान ने, उहनां दे नाल लास्ट सैगमेंट जिहड़ा जी होगा कुछ भविख दीआं जिहड़ीआं उह योजनावां दे बारे दे विच, कि की उह हो सकता है, किस पासे वल नूं जिहड़ी जी इह कहानी जा सकदी, क्योंकि विश्व दे विच बैठा सिख भाईचारा बहुत वड्डी गिणती दे विच जिहड़ा उह बैठा है, सारे मुल्कां दे विच, कैनेडा, USA, इंग्लैंड दे विच खास तौर दे उत्ते बहुत वड्डी गिणती है। उह वी इह निगाह जिहड़ीआं जी उहनां दीआं इन्हां पंथक आगूआं दे वल लगियां होईआं ने कि उत्थे कुछ बदलाव आउंदा है जां नहीं। एक छोटी जी ब्रेक तों बाद वापस परत रहे। स्वागत है जी एक बार फिर थोड़ा ब्रेक तो बाद फायर लाइन दे विच। गुरनाम सिंह सिद्धू जी जिहड़े कि यूनाइटेड अकाली दल दे सीनियर मीत प्रधान ने, उन्हां दे नाल असीं गलबात कर रहे जो कुछ जिहड़ा जी इह चल रहा है। ये कहा जाता है सिद्धू साहब जदों इलैक्शनां हुंदियां ने, चाहे श्रोमणी गुरुद्वारा प्रबंधक कमेटी दीआं ने, विधानसभा दीआं ने, लोक सभा दीआं ने, फिर नवें नवें अकाली दल जिहड़े जी उह आ जांदे आ, इन्ने दल बणे होए आ, दलदल जिहड़ी जी उह होई पई है उहदे विच। इह तुसीं समझदे हो कि अकाली दल जिहड़ा बादल है, क्योंकि जे आपां जाइए जिहड़े महान कोश दे मुताबिक अकाली लफज़ जिहड़ा उह अकाल तख्त नूं समर्पित है, अकाल तख्त नूं मन्नण वाला, उह तां बण गई पंजाबी पार्टी ਜਿਹੜੀ ਉਹ ਬਣਾਤੀ। ਤੁਸੀਂ ਉਹਨਾਂ ਦੀਆਂ ਹੋਲਡਿੰਗਸ ਦੇਖ ਲਓ, ਬਹੁਤੇ ਮੇਰੇ ਵਰਗੇ ਅਕਾਲੀ ਦਲ ਸੀ, ਮੇਰੇ ਵਰਗੇ ਅਕਾਲੀ ਦਲ ਦੇ ਜਿਹੜੇ ਉਹ ਪ੍ਰਧਾਨ ਨੇ, ਤੋ ਜਿਹੜਾ ਕਿ ਉਹਨਾਂ ਜੁੜਦੀ ਹੋਈ ਨਹੀਂ ਗੱਲ, ਪਰ ਖੈਰ ਉਹ ਉਹਨਾਂ ਦੀ ਆਪਣੀ ਰਾਜਨੀਤੀ ਹੈ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਬਾਦਲ ਦਾ ਜਿਹੜਾ ਜੀ, ਮੈਂ ਤੁਹਾਡੇ ਤੋਂ ਕੁਛ ਤੁਹਾਡੀ ਜਿਹੜੀ ਸੂਝਬੂਝ ਹੈ ਰਾਜਨੀਤਿਕ ਉਹਦੇ ਮੁਤਾਬਕ ਇਹ ਜਾਣਨਾ ਚਾਹੁੰਦਾ ਕਿ ਕੀ ਅਕਾਲੀ ਦਲ ਬਾਦਲ ਦਾ ਪੰਜਾਬ ਦੇ ਵਿੱਚ ਭਵਿੱਖ ਹੈ? ਵੈਸੇ ਤਾਂ ਪਿਛਲਾ ਇਹਨਾਂ ਨੇ ਅਸੈਂਬਲੀ ਇਲੈਕਸ਼ਨ ਦੇਖ ਹੀ ਲਿਆ, ਵਿਰੋਧੀ ਧਿਰ ਵੀ ਨਹੀਂ ਆ ਸਕੇ, ਵਿਰੋਧੀ ਧਿਰ ਇੰਨਾ ਕੁਛ ਹੁੰਦਿਆਂ ਹੋਇਆ ਅਤੇ ਗਾਂ ਇਹਨਾਂ ਦਾ ਕੀ ਆਉਣਾ? ਇਹਨਾਂ ਨੂੰ ਤਾਂ ਲੋਕਾਂ ਨੂੰ ਥਾਂ ਨਹੀਂ ਦੇਣਾ, ਲੋਕਾਂ ਨੂੰ ਜਿਹੜੇ ਹੁਣ ਫਿਰਦੇ ਆ ਨਾ, ਜਿਨ੍ਹਾਂ ਨੂੰ ਅਜੇ ਭੁਲੇਖੇ 'ਚ ਬਹੁਤ ਕੁਛ, ਲੋਕ ਲੱਭ ਲੱਭ ਕੇ ਛਿੱਤਰ ਲਾਉਣਗੇ, ਲੱਭ ਲੱਭ ਕੇ ਇਹਨਾਂ ਦੇ, ਅਤੇ ਇਹਨਾਂ ਨੇ ਇੱਥੇ ਲੱਭਣਾ ਹੀ ਨਹੀਂ ਕਿਤੇ। ਪਰ ਇਹ ਆ ਨਾ ਜੀ, ਕਿ ਜਿਹੜਾ ਅਲਟਰਨੇਟਿਵ ਹੈ, ਜਿਹੜੀ ਤੀਜੀ ਧਿਰ ਹੈ ਜਾਂ ਇੱਕ ਨਵੀਂ ਧਿਰ ਜਿਹੜੀ ਹੈ, ਉਹ ਉੱਠ ਨਹੀਂ ਸਕੀ। ਉਹ ਚਾਹੇ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਉਹ ਵਿਧਾਨ ਸਭਾ ਦੇ ਵਿੱਚ ਤਾਂ ਆ ਗਏ, ਜੋ ਖੱਖੜੀਆਂ ਹੋਏ ਫਿਰਦੇ ਆਪਸ ਦੇ ਵਿੱਚ ਉਹ ਵੀ ਸਾਰਿਆਂ ਦੇ ਸਾਹਮਣੇ ਆ। ਜਿਹੜੀ ਨਵੀਂ ਧਿਰ ਹੈ, ਤੁਹਾਨੂੰ ਲੱਗਦਾ ਕਿ ਨਵੀਂ ਧਿਰ ਜਿਹੜੀ ਆ ਸਕਦੀ? ਪਰ ਉੱਥੇ ਸਵਾਲ ਇਹ ਖੜ੍ਹਾ ਹੋ ਜਾਂਦਾ, ਨਵੀਂ ਧਿਰ ਦੇ ਵਾਸਤੇ ਜਿਹੜੀ ਯੰਗ ਜਨਰੇਸ਼ਨ ਆ ਉਹ ਹੀ ਕਿਸੇ ਪਾਸੇ ਜਾਂਦੀ? ਸਾਡੇ ਕੋਲ ਯੰਗ ਜਨਰੇਸ਼ਨ ਨਹੀਂ ਰਹੀ, ਇਹ ਸਾਨੂੰ ਮੰਨ ਲੈਣਾ ਚਾਹੀਦਾ। ਜਾਂ ਤਾਂ ਉਹ ਵਿਦੇਸ਼ਾਂ 'ਚ ਚਲੇਗੀ ਚੰਗੇ ਭਵਿੱਖ ਦੀ ਭਾਲ ਦੇ ਵਿੱਚ, ਜਾਂ ਫਿਰ ਉਹ ਨਸ਼ੇ ਨੇ ਨਿਕਲ ਲਈ। ਤਕਰੀਬਨ ਜਿੰਨਿਆਂ ਦੀ ਡੈਥ ਹੋ ਰਹੀ ਆ ਨਵੀਂ ਜਨਰੇਸ਼ਨ ਦੀ, ਉਹ 22 ਤੋਂ 27 ਵਾਲੇ ਆ, ਜਿੰਨਾ ਮੈਂ ਰੋਜ਼ ਉਹਨਾਂ ਦਾ ਜਿਹੜਾ ਜੀ ਉਹ ਡਾਟਾ ਕੱਢਦਾ, 22 ਤੋਂ 27 ਵਾਲੇ ਆ, ਉਹ ਜਨਰੇਸ਼ਨ ਸਾਡੀ ਤਬਾਹ ਹੋ ਗਈ। ਤੁਹਾਨੂੰ ਲੱਗਦਾ ਕਿ ਕੋਈ ਨਵੀਂ ਧਿਰ ਜਿਹੜੀ ਉਹ ਪੰਜਾਬ 'ਚ ਉੱਠ ਸਕਦੀ ਹੈ ਜੇ ਆਪਾਂ ਪੰਥਕ ਨੂੰ ਪਾਸੇ ਕਰਕੇ, ਰਾਜਨੀਤਿਕ ਧਿਰ? ਵੇਖੋ, ਪੰਥ ਤੋਂ ਪਾਸੇ ਹੋ ਕੇ ਕੁਛ ਨਹੀਂ ਬਣ ਸਕਦਾ, ਇਹ ਪੰਥਕ ਧਿਰਾਂ ਹੀ ਇਕੱਠੀਆਂ ਹੋਣਗੀਆਂ। ਜਿਹੜਾ ਦੁਨੀਆਂ ਨੂੰ ਚਲਾ ਰਿਹਾ, ਦੁਨੀਆਂ ਨੂੰ, ਪੰਜਾਬ ਤਾਂ ਛੋਟੀ ਜਿਹੀ ਗੱਲ ਆ, ਕੁਛ ਨਹੀਂ। ਔਰ ਜਿਹੜਾ ਸਾਡਾ ਵਾਰਸ ਹੈ ਜਿਹਨੂੰ ਅਸੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ, ਉਹ ਬਿਲਕੁਲ ਹਾਜ਼ਰ ਨਾਜ਼ਰ ਹੈ। ਉਹ ਐਸੀ ਵਿਧ ਬਣੂਗੀ, ਤੁਸੀਂ ਵੇਖੋਗੇ, ਇਹ ਸਾਰੇ ਇਕੱਠੇ ਹੋਣਗੇ। ਔਰ ਇਹਨਾਂ ਦਾ ਤੁਹਾਨੂੰ ਮੈਂ ਜਿਹੜਾ ਪਹਿਲਾਂ ਬੇਨਤੀ ਕੀਤੀ ਵੀ ਇਹ ਭਾਲੇ ਨਹੀਂ ਥਿਆਉਣੇ, ਭਾਲੇ ਕਿਤੇ, ਖਾਲਸੇ ਦਾ ਰਾਜ ਵੱਛ ਹੋਣਾ। ਖਾਲਸੇ ਦੀ ਬਹੁਤ ਕੁਰਬਾਨੀ ਕੀਤੀ ਹੈ, ਬਹੁਤ ਜ਼ੁਲਮ ਹੋਇਆ, ਅਤੇ ਜਿਹੜਾ ਪਾਪ ਹੋਇਆ ਨਾ, ਪਾਪ ਦਾ ਨਤੀਜਾ ਇਹਨਾਂ ਨੂੰ ਭੁਗਤਣਾ ਪੈਣਾ। ਤੁਸੀਂ ਵੇਖੋ, ਸੀ ਮੈਂ ਜਿਹੜੇ ਬਾਹਰ ਮੇਰੇ ਵੀਰ ਬੈਠੇ ਆ, ਸਵਰਦ ਵੀਰ, ਉਹ ਸ਼ੁਕਰ ਹੈ ਕਿ ਬਾਹਰ ਬਚ ਕੇ ਤਾਂ ਬੈਠੇ ਆ, ਔਰ ਉਹਨਾਂ ਨੂੰ ਇਕੱਠੇ ਹੋ ਕੇ ਉਹ ਵੀ ਗਰੁੱਪਾਂ ਤੋਂ ਬਚਣ। ਉੱਥੇ ਵੀ ਜਾ ਕੇ ਮੈਂ ਵੇਖਦਾ, ਜੇ ਕਿ ਟੰਡਰੀਆਂ ਵਾਲਾ ਗਿਆ, ਕੁਛ ਹਟਾਉਣ ਵਾਲੇ ਹੁੰਦੇ ਆ, ਕੋਈ ਲਾਉਣ ਵਾਲੇ ਹੁੰਦੇ ਆ, ਉਹ ਵੀ ਸਿੱਧੇ ਗੁਰੂ ਨਾਲ ਜੁੜਨਾ, ਸਾਧਾ ਨਾਲ ਨਾ ਜੁੜਨਾ। ਇਹ ਪ੍ਰਚਾਰ ਕਰਦੇ ਆ, ਪ੍ਰਚਾਰਕ ਹੈ, ਇਹਨਾਂ ਨੂੰ ਲੀਡਰ ਜਾਂ ਆਗੂ ਨਾ ਮੰਨਣ।
ਪ੍ਰਚਾਰਕਾਂ ਦਾ ਕੰਮ ਹੈ ਪ੍ਰਚਾਰ ਕਰਨਾ ਸਿੱਖੀ ਦਾ, ਸਿੱਖੀ ਨਾ ਸਿੱਖੀ ਨੂੰ ਪ੍ਰਫੁੱਲਿਤ ਕਰਨਾ। ਜੇ ਉਹ ਗੁਰੂ ਬਣ ਬੈਠੇ ਤਾਂ ਫਿਰ ਤਾਂ ਉਹੀ ਗੱਲ ਹੋ ਗਈ ਪੁਰਾਣੀ ਜਿਹੜੀ ਚੱਲੀ ਹੈ। ਸੁਣਨੀ ਤਾਂ ਜ਼ਰੂਰੀ ਹੈ, ਸੁਣਨੀ ਸਭ ਦੀ ਚਾਹੀਦੀ ਹੈ, ਪਰ ਗੱਲ ਜਿਹੜੀ ਹੈ ਜੋ ਗੁਰੂ ਕਹਿੰਦਾ ਉਹ ਕਰਨੀ ਚਾਹੀਦੀ ਹੈ। ਗੁਰੂ ਦੇ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਧੂ ਸਾਹਿਬ ਨਸ਼ੇ ਦਾ ਹਰ ਬੰਦਾ ਜਿਹੜਾ ਨਹੀਂ ਉਹ ਕਹਿ ਰਿਹਾ, ਤਬਾਹ ਕਰਤਾ ਤਬਾਹ ਕਰਤਾ ਜੋ ਕੁਛ। ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦੂਜੀਆਂ ਤੀਜੀਆਂ, ਉਹਨਾਂ ਤੋਂ ਕੋਈ ਆਸ ਨਹੀਂ ਸੀਗੀ। ਮੁੱਖ ਮੰਤਰੀ ਹੋਰਾਂ ਨੇ ਅਪੀਲ ਕੀਤੀ, ਜਥੇਦਾਰ ਸਾਹਿਬ ਨੇ 19 ਅਪੀਲ 4 ਕੁ ਲਾਈਨਾਂ ਦੀ ਜਿਹੜੀ ਸੀ ਉਹ ਵਾਪਸ ਕਰਤੀ ਵੀ ਦਲਦਲ 'ਚ ਫਸ ਚੁੱਕਿਆ ਅਤੇ ਅੱਗੇ ਆ ਕੇ ਜਿਹੜੀ ਮਦਦ ਕਰੋ, ਇਦੋਂ ਗਾਹ ਨਹੀਂ ਉਹ ਤੁਰੇ। ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦਾ ਬਿਆਨ ਆ ਜਾਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਵੱਡੀ ਮੁਹਿੰਮ ਚਲਾਊਗੀ, ਕਦੋਂ ਚਲਾਊਗੀ ਕਿਸੇ ਨੂੰ ਕੁਛ ਨਹੀਂ ਪਤਾ। ਜਿਹੜੀਆਂ ਬਾਕੀ ਜਥੇਬੰਦੀਆਂ ਵੀ ਨੇ ਸਿੱਖ ਜਥੇਬੰਦੀਆਂ ਜਿਹਨਾਂ 'ਚ ਤੁਸੀਂ ਆ ਜਾਂਦੇ, ਯੂਨਾਈਟਡ ਅਕਾਲੀ ਦਲ ਹੈ, ਅਕਾਲੀ ਦਲ 1920 ਹੈ, ਜਾਂ ਜਿਹੜੇ ਮਤਵਾਜੀ ਜਥੇਦਾਰ ਨੇ। ਸਿੱਧੂ ਸਾਹਿਬ, ਜਿਹੜੀ ਇੱਕ ਮੁਹਿੰਮ ਸੀਗੀ ਇਹਨਾਂ ਦੇ ਵੱਲੋਂ ਵੀ ਚਲਾਈ ਨਹੀਂ ਗਈ, ਇਹ ਲੋਕਾਂ ਤੱਕ ਤਾਂ ਇਹ ਵੀ ਨਹੀਂ ਪਹੁੰਚੇ, ਕੀ ਅਜੇ ਵੀ ਇੰਤਜ਼ਾਰ ਹੈ ਕਿ ਕਿੰਨੀਆਂ ਹੋਰ ਲਾਸ਼ਾਂ ਡਿੱਗਦੀਆਂ ਨੇ? ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਕਿ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹ ਇੰਨੀਆਂ ਨਿਗਾਰ 'ਚ ਆ ਚੁੱਕੀਆਂ ਕਿ ਇੰਨਾ 78 ਤੋਂ ਲੈ ਕੇ ਉਹਨਾਂ 'ਤੇ ਮਾਰ ਕੁੱਟ, ਜਿੰਨਾ ਇੰਨਾ ਨੁਕਸਾਨ ਹੋਇਆ ਉਹਨਾਂ ਦਾ ਕਿ ਇਹ ਤੁਰਨਾ ਫਿਰਨਾ ਭੱਜਣਾ ਨਸਣਾ ਉਹਨਾਂ ਦੇ ਵੱਸ ਦਾ ਰੋਗ ਨਹੀਂ ਹੈ, ਕਰ ਰਹੇ ਜਿੰਨਾ ਕੁ ਉਹਨਾਂ ਦੇ ਮਨ 'ਚ ਦਰਦ ਹੈ। ਪਰ ਜਿਹੜੇ ਇਹ ਦੂਜੇ ਜਿਵੇਂ ਬਾਦਲ ਅਕਾਲੀ ਦਲ ਲਾ ਲਓ ਜਾਂ ਜਿਹੜੇ ਦੂਸਰੇ ਸਰਕਾਰ 'ਚ ਬੈਠੇ ਹੈ, ਇਹਨਾਂ ਨੇ ਇੰਨਾ ਧਨ ਇਕੱਠਾ ਕੀਤਾ ਹੈ ਕਿ ਜ਼ਿਮੀਂਦਾਰ ਜਿਹੜਾ ਆਪਣੇ ਆਪ ਨੂੰ ਕਿਸਾਨ ਫੰਨੇਖਾ ਕਹਿੰਦਾ ਸੀ ਉਹ ਵਿਚਾਰਾ ਬੋਲਣ ਯੋਗ ਰਾਣੀ ਆਤਮ ਹੱਤਿਆ ਕਰ ਰਿਹਾ। ਤੁਸੀਂ ਹਾਲਾਤ ਤਾਂ ਦੇਖ ਲਓ, ਕੀ ਹਾਲਾਤ ਪੰਜਾਬ ਦੇ, ਕਰਜ਼ੇ ਦੇ ਮਾਰੇ ਆਤਮ ਹੱਤਿਆ, ਮੌਤ ਨੂੰ ਜੱਫੀ ਪਾ ਰਿਹਾ। ਲੈ ਲਈਏ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਮਿਹਰਬਾਨੀ ਜੀ, ਮਿਹਰਬਾਨੀ, ਕੀ ਕਹਿਣਾ ਚਾਹੁੰਦੇ ਹੋ ਜੀ? ਭਾਜੀ ਮੈਂ ਖਾਲਸਾ ਸਾਹਿਬ ਹੋਣਾ ਨੂੰ ਗੱਲ ਕਹਿਣੀ ਮੰਗਦਾ। ਦੇਖੋ ਤੁਸੀਂ ਜਿੰਨਾ ਮਰਜ਼ੀ ਟਰਾਈ ਕਰ ਲਓ, ਤੁਸੀਂ ਜਿੰਨਾ ਮਰਜ਼ੀ ਐਫਰਟ ਕਰ ਲਓ, ਦੇਖੋ ਜਿਹੜੀ ਇੰਡੀਅਨ ਸਟੇਟ ਆ ਉਹ ਸਾਡੇ ਕਦੇ ਨੀ ਹਿੰਦੁਸਤਾਨ ਦੇ ਅੰਦਰ ਪੈਰ ਲੱਗਣ ਦਊਗੀ। ਵਟ ਐਵਰ, ਸਾਨੂੰ ਇਹਨਾਂ ਤੇ ਕੋਈ ਡਾਊਟ ਨੀ ਹੈਗਾ, ਇਹ ਇੰਡੀਅਨ ਸਟੇਟ, ਦੇਖੋ ਇਹਨਾਂ ਦਾ ਕੋਈ ਕਸੂਰ ਨੀ। ਆਪਾਂ ਕਿਸੇ ਨੂੰ ਬੈਡ ਨਾ ਕਹੀਏ, ਨਾ ਮਾਣ ਨੂੰ ਕਹੀਏ, ਨਾ ਬਾਦਲ ਨੂੰ ਕਹੀਏ, ਨਾ ਕੈਪਟਨ ਨੂੰ, ਇਹ ਤਾਂ ਸਿਰਫ ਜਿੱਦਾਂ ਇੰਡੀਅਨ ਸਟੇਟ ਚਾਹੂਗੀ ਇਹ ਨਹੀਂ ਕਰਨਗੇ ਤੋ ਇਹਨਾਂ ਨੂੰ ਮਰਵਾ ਦੇਣਗੇ। ਜੇ ਇਹਨਾਂ ਨੇ ਹਿੰਦੁਸਤਾਨ ਚ ਜੀਂਦੇ ਰਹਿਣਾ, ਇੰਡੀਅਨ ਸਟੇਟ ਦੇ ਹਿਸਾਬ ਨਾਲ ਇਹਨਾਂ ਨੂੰ ਚੱਲਣਾ ਪੈਣਾ। ਹੁਣ ਇਹ ਸੋਚਣ, ਜਿੰਨਾ ਚਿਰ ਇਹਨਾਂ ਦੇ ਹੱਥ ਪੰਜਾਬ ਦੀ ਰਾਜ ਸ਼ਕਤੀ ਨਹੀਂ ਆਉਂਦੀ, ਜਿੱਦਾਂ ਰੈਫਰੈਂਡਮ 2020 ਦੀ ਅਸੀਂ ਗੱਲ ਕਰਦੇ ਹਾਂ, ਜਾਂ ਸਾਡੇ ਪਿੱਛੇ ਅਮੈਰੀਕਾ ਕੈਨੇਡਾ ਵਰਗੀ ਪੰਜਾਬ ਦੇ ਪਿੱਛੇ ਕੋਈ ਕੰਟਰੀ ਸਟਰੋਂਗ ਨਹੀਂ ਖੜਦੀ। ਤੁਸੀਂ ਆਉਣ ਵਾਲੇ ਸਾਲ, ਤੁਸੀਂ ਤਾਂ ਹਜੇ ਸਾਹ ਲੈ ਰਹੇ ਆ, ਆਉਣ ਵਾਲੇ 40-50 ਸਾਲ ਦੇ ਵਿੱਚ ਤੁਹਾਨੂੰ ਇਹਨਾਂ ਨੇ ਨੈਸ਼ਨਲ ਨਮੂਦ ਕਰ ਦੇਣਾ ਜਿਹੜਾ ਤੁਸੀਂ ਦੇਖ ਰਹੇ ਹਾਂ। ਆਪਾਂ ਸਾਰੇ ਟਰਾਈ ਕਰ ਰਹੇ ਹਾਂ, ਪਰ ਇਹਨਾਂ ਨੇ ਇੰਡੀਅਨ ਸਟੇਟ ਦੇ ਸਾਡੇ ਹੁਣ ਹਿੰਦੁਸਤਾਨ ਚ ਪੈਰ ਨਹੀਂ ਲੱਗਣ ਦੇਣੇ ਜਦ ਤੱਕ ਤੁਹਾਡੀ ਆਪਣੀ ਰਾਜ ਸ਼ਕਤੀ ਕਾਇਮ ਨਹੀਂ ਹੁੰਦੀ। ਤੁਸੀਂ ਸਾਰੇ ਇਕੱਠੇ ਹੋ ਗਏ, ਆਪਣੀ ਰਾਜ ਸ਼ਕਤੀ ਬਣਾਓ। ਬਹੁਤ ਮਿਹਰਬਾਨੀ, ਗੱਲਾਂ ਛੱਡੋ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਕਿਸੇ ਨੂੰ ਬਲੇਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ ਜੀ। ਮੈਂ ਸਿੱਧੂ ਸਾਹਿਬ, ਜਾਂਦੇ ਜਾਂਦੇ ਥੋੜ੍ਹਾ ਸਮਾਂ ਰਹਿ ਗਿਆ ਜੇ ਇਹਦੇ ਉੱਤੇ ਵੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸੀ ਉਹਨਾਂ ਨੇ ਕੁਛ ਕਿੰਤੂ ਪਰੰਤੂ ਜਿਹੜੇ ਜੀ ਉਹ ਇਹਦੇ ਉੱਤੇ ਰੈਫਰੈਂਡਮ ਦੇ ਉੱਤੇ ਜਾਂ ਉਹਨਾਂ ਨੂੰ ਕਰਾਉਣ ਵਾਲਿਆਂ ਦੇ ਉੱਤੇ ਕੋਈ 8 ਸਵਾਲ ਜਿਹੜੇ ਦਾਗੇ ਸੀ, ਉਹਨਾਂ ਨੇ ਜਵਾਬ ਤਾਂ ਨਹੀਂ ਉਹਦਾ ਕੋਈ ਵੀ ਦਿੱਤਾ। ਤੁਸੀਂ ਇਹ ਇਹਨੂੰ ਕਿਵੇਂ ਲੈਂਦੇ ਹੋ, ਤੁਹਾਡਾ ਜਿਹੜਾ ਯੂਨਾਈਟਡ ਅਕਾਲੀ ਦਲ ਹੈ? ਵੇਖੋ, ਜੋ ਸਿੱਖਾਂ ਨਾਲ ਜਾਤੀਆਂ ਹੋਈਆਂ, ਜਿਵੇਂ ਆਵੀਰ ਨੇ ਕਿਹਾ ਇੰਨੀਆਂ ਜਾਤੀਆਂ ਹੋਈਆਂ ਨੇ, ਜਾਤੀਆਂ ਤਾਂ ਮੱਲੋ ਮੱਲੀ ਰੈਫਰੈਂਡਮ ਤਾਂ ਹੋਣਾ ਹੀ ਹੋਣਾ, ਕਿਉਂ ਨਹੀਂ ਹੋਏਗਾ? ਸਿੱਖਾਂ ਦਾ ਕਤਲੇਆਮ ਹੋਇਆ, ਜੇ ਸਿੱਖਾਂ ਨੇ ਉਹਦਾ ਕੋਈ ਬਦਲਾ ਲਿਆ, ਸਾਡੇ ਤਾਂ ਚੱਕ ਕੇ ਫਾਂਸੀ ਲਾ ਤੇ ਨਾਲ ਦੀ ਨਾਲ, ਇੰਦਰਾ ਨੂੰ ਮਾਰਨ ਵਾਲੇ ਨਾਲ ਦੀ ਨਾਲ ਫਾਂਸੀ ਲਾ ਤੇ, ਅਤੇ ਜੇ ਉਹਨੂੰ ਜਨਰਲ ਨੂੰ ਮਾਰਿਆ, ਦੂਜੇ ਨੂੰ ਨਾ ਮਾਰਿਆ, ਫਾਂਸੀ ਲਾ ਤੇ। ਪਰ ਸਾਡਾ 1984 'ਚ ਇੰਨਾ ਕਤਲੇਆਮ ਹੋਇਆ, ਇੱਕ ਬੰਦੇ ਨੂੰ ਕਹਿਣ ਸਜ਼ਾ ਦਿੱਤੀ, ਇੱਕ ਬੰਦੇ ਨੂੰ ਸਜ਼ਾ ਦਿੱਤੀ ਹੋਵੇ, ਜਿਹੜੇ ਮੁਲਕ 'ਚ ਇਹੋ ਜਿਹਾ ਕੰਮ ਹੋਇਆ ਤਾਂ ਉਹ ਕਿਉਂ ਨਹੀਂ ਬਾਹਰ ਤੋਂ 2020 ਕਿਉਂ ਨਹੀਂ ਬਣੇਗਾ? ਹਰ ਹਾਲਤ 'ਚ ਬਣੇਗਾ। ਇਹਦੀਆਂ ਦੀਆਂ ਇੰਨੀਆਂ ਜਾਤੀਆਂ, ਇੰਨੀਆਂ ਜਾਤੀਆਂ ਹੈ। ਮੇਰਾ ਸਵਾਲ ਇਹ ਸੀਗਾ ਕਿ ਤੁਸੀਂ ਉਹ ਸਵਾਲ ਪੜ੍ਹਿਆ ਜਿਹੜੇ ਉਠਾਏ ਸੀ ਦਲ ਖਾਲਸਾ ਨੇ ਜਾਂ ਅਕਾਲੀ ਦਲ ਅੰਮ੍ਰਿਤਸਰ ਨੇ, ਤੁਸੀਂ ਉਹ ਸਵਾਲ ਪੜ੍ਹਿਆ? ਮੈਂ ਸਾਰੇ ਪੜ੍ਹੇ ਤਾਂ ਨਹੀਂ, ਪਰ ਮੈਨੂੰ ਇੰਨੀ ਕੁ ਹੈਗੀ ਨੌਲੇਜ ਵੀ ਜਿਹੜਾ 2020 ਹੈ ਰੈਫਰੈਂਡਮ ਜਿਹੜਾ ਕਹਿ ਰਹੇ ਹੈ ਉਹ ਦੁਖੀ ਲੋਕਾਂ ਦੀ ਇੱਕ ਦਾਸਤਾਨ ਹੈ। ਨਹੀਂ, ਉਹਨਾਂ ਨੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜੇ ਉਠਾਏ ਕਿ ਇਹ ਕਿਵੇਂ ਹੋਊਗਾ, ਕਿਹੜੇ ਤਰੀਕੇ ਨਾਲ ਹੋਊਗਾ, ਪੰਜਾਬ 'ਚ ਵੋਟਾਂ ਪੈਣਗੀਆਂ, ਪੰਜਾਬ ਦੇ ਵਿੱਚ ਇਸ ਰੈਫਰੈਂਡਮ ਦੇ ਉੱਤੇ ਜੇ ਵੋਟਾਂ ਪੈਂਦੀਆਂ ਨੇ ਤਾਂ ਉਹ ਤਾਂ ਸਭ ਨੂੰ ਪਤਾ ਕਿ ਜੇ ਜਿਹੜੀਆਂ ਵੋਟਾਂ ਨੇ ਵੱਖਵਾਦ ਦੇ ਮੁੱਦੇ ਦੇ ਉੱਤੇ ਜਿਹੜੇ ਵੱਖਰੀ ਸੁਰ ਵਾਲੇ ਨੇਤਾ ਆ ਉਹਨਾਂ ਨੂੰ ਕਿੰਨੇ ਕੁ ਪਰਸੈਂਟ ਕਿਤੇ ਪੈਂਦੀਆਂ ਨੇ? ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਵੈਸੇ ਤਾਂ ਜੇ ਜਦੋਂ ਪਹਿਲਾਂ 84 ਤੋਂ ਬਾਅਦ 99 'ਚ ਬਾਬਾ ਜੋਗਿੰਦਰ ਸਿੰਘ ਪਿੰਡ ਪਿੰਡ ਗਿਆ ਸੀ ਔਰ ਸਾਡੀ ਐਡੀ ਵੱਡੀ ਜਿੱਤ ਹੋਈ ਸੀ, ਸਭ ਦੀਆਂ ਜ਼ਮਾਨਤਾਂ ਜ਼ਬਤ ਸੀ, ਸਾਡੀ ਸਰਕਾਰ ਬਣਨ ਨੂੰ ਤਿਆਰ ਸੀ, ਬੀ ਪੀ ਸਿੰਘ ਇੱਥੇ ਆਇਆ ਸੀ,
ਸਾਥੋਂ ਜਿਹੜਾ ਉਹ ਮੌਕਾ ਖੁੰਝਿਆ ਲੀਡਰਸ਼ਿਪ ਤੋਂ, ਉਹ ਬਹੁਤ ਵੱਡਾ ਮੌਕਾ ਖੁੰਝਿਆ, ਉਹ ਬਹੁਤ ਵੱਡਾ ਮੌਕਾ ਹੈ। ਨਮਹੋ ਮੇ ਖਤਾ ਕੀ ਸਦੀਓ ਮੇ ਸਦਾ ਭਾਈ, ਹਜੇ ਵੀ ਅਕਲ ਨਾ ਆਵੇ ਤਾਂ ਫਿਰ ਅਸੀਂ ਕੀ ਕਹੀਏ ਇਹਨਾਂ ਨੂੰ। ਐਡੀ ਵੱਡੀ ਜਿੱਤ ਤੋਂ ਬਾਅਦ ਮੁਕਤਸਰ ਮਾਘੀ ਦੇ ਮੇਲੇ 'ਤੇ ਨੌਜਵਾਨਾਂ ਨੇ ਬਾਦਲ ਨੂੰ ਸਟੇਜ ਤੋਂ ਲਾਇਆ ਗਲਾਵਾਂ ਫੜ ਕੇ। ਬਾਦਲ ਰੋਇਆ ਉੱਥੇ ਮੁਕਤਸਰ ਸਟੇਜ 'ਤੇ, ਅਤੇ ਮਾਨ ਸਾਹਿਬ ਉਹਨੂੰ ਜੱਫੀ ਪਾ ਕੇ ਫਿਰ ਸਟੇਜ 'ਤੇ ਲੈ ਗਏ, ਜਿਹੜਾ ਕਿ ਉਹ ਤੋਂ ਬਾਅਦ ਇਹਨਾਂ ਜੜ੍ਹਾਂ 'ਚ ਬਹਿ ਗਿਆ। ਇਹ ਮੈਂ ਤਾਂ ਮਾਨ ਸਾਹਿਬ ਨੂੰ ਪੜ੍ਹਿਆ ਲਿਖਿਆ ਕਰਕੇ, ਇੱਕ DIG ਹੁਣ ਦੇ ਕਰਕੇ ਵੱਡੇ ਕਰਦਾ ਹੋਣ ਕਰਕੇ, ਪਰ ਉਹਨੂੰ ਇਹ ਸੋਚਣਾ ਚਾਹੀਦਾ। ਹੱਥ ਜੋੜ ਕੇ ਬੇਨਤੀ ਕਰਦਾ ਵੀ ਪਿਛਲਾ ਇਤਿਹਾਸ ਦੇਖ ਲਾ, ਕਿਉਂ ਰੁਲਦੇ ਫਿਰਦੇ ਹਾਂ ਅਸੀਂ? ਐਡੀ ਵੱਡੀ ਕੌਮ ਨੇ ਪਾਵਰ ਦਿੱਤੀ ਸਾਨੂੰ, ਫਿਰ ਕਿਉਂ ਰੁਲ ਗਏ? ਜਾਂਦੇ ਜਾਂਦੇ ਇੱਕ ਕਾਲ ਜਿਹੜੀ ਸੀ ਉਹ ਲੈ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰਾ ਸਿੱਧੂ ਸਾਹਿਬ ਨੂੰ ਇੱਕ ਸਵਾਲ ਆ ਜੀ। ਜੀ, ਅਕਾਲੀ ਦਲ ਬਾਦਲ ਗਰੁੱਪ ਨੇ ਤਾਂ ਜਸਟਿਸ ਰਣਜੀਤ ਸਿੰਘ ਨੂੰ ਮਾਨਤਾ ਦਿੱਤੀ ਨੀ, ਰਿਜੈਕਟ ਕਰਤਾ? ਹਾਂ ਬਿਲਕੁਲ। ਤੇ ਆਪਣਾ ਯੂਨਾਈਟਿਡ ਅਕਾਲੀ ਦਲ ਜਿਹੜੇ ਬੈਠੇ ਆਪਣੇ ਨਾਲ ਸਿੱਧੂ ਸਾਹਿਬ, ਜੀ ਸਿੱਧੂ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਔਰ ਜਿਹੜੀ ਗੱਲਬਾਤ ਸੀ ਉਹ ਸਾਰੀ ਦੀ ਸਾਰੀ ਕੀਤੀ ਔਰ ਦੱਸਿਆ ਕਿ ਜੋ ਬਰਗਾੜੀ ਦੇ ਵਾਸਤੇ ਚੱਲ ਰਿਹਾ ਜਾਂ ਜੋ ਸੰਭਾਵਨਾਵਾਂ ਜਿਹੜੀਆਂ ਹੈਗੀਆਂ ਨੇ, ਮੇਰਾ ਖਿਆਲ ਜਿੰਨੇ ਵੀ ਇਸ ਵੇਲੇ ਦਰਸ਼ਕ ਦੇਖ ਰਹੇ ਆ ਜੀ, ਉਹਨਾਂ ਦੀ ਲਾਸਟ ਦੇ ਵਿੱਚ ਜਿਹੜੀ ਵੇਸ਼ਨ ਆ ਜੀ ਉਹ ਤੁਹਾਡੇ ਤੱਕ ਪਹੁੰਚਾਉਣੀ ਇਹ ਹੋਊਗੀ ਕਿ ਜੇ ਹੋ ਸਕਦਾ ਹੈ ਤਾਂ ਕਿਤੇ ਇੱਕ ਝੰਡੇ ਥੱਲੇ ਜਾਂ ਇੱਕ ਆਗੂ ਦੇ ਥੱਲੇ ਜਿਹੜਾ ਜੀ ਉਹ ਇਕੱਠੇ ਹੋਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ। ਬਹੁਤ ਮਿਹਰਬਾਨੀ। ਮੈਂ ਤਾਂ ਅਰਦਾਸ ਵੀ ਕਰਦਾ ਔਰ ਇਹ ਕੋਸ਼ਿਸ਼ ਵੀ ਕਰਾਂਗੇ ਇੱਕ ਝੰਡੇ ਥੱਲੇ ਇਕੱਠੇ ਹੋਣ ਤੇ ਹੋਣਗੇ। ਬਹੁਤ ਮਿਹਰਬਾਨੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰਨਾਮ ਸਿੰਘ ਸਿੱਧੂ ਜੀ ਜਿਹੜੇ ਕਿ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ, ਉਹਨਾਂ ਦੇ ਨਾਲ ਗੱਲਬਾਤ ਔਰ ਉਹਨਾਂ ਦੇ ਜਵਾਬ, ਉਮੀਦ ਹੈ ਕਿ ਤੁਹਾਨੂੰ ਸੈਟਿਸਫਾਈਡ ਜਿਹੜਾ ਜੀ ਕਿਤੇ ਨਾ ਕਿਤੇ ਕੀਤਾ ਹੋਊਗਾ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਵਾਰੀ ਫਿਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।